ਰੇਡੀਓ ਹਾਂ ਜੀ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ ਦੋਸਤ ਹਰਮੀਤ ਸਿੰਘ ਤੂੰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਮੇਰੀ ਡਾਇਰੀ ਮੇਰੇ ਅਲਫਾਜ਼। ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਮੇਰਾ ਸਾਥ ਦੇਣਗੇ ਮੇਰੇ ਵੀਰ, ਉਹ ਸ਼ਖਸ ਜਿਨ੍ਹਾਂ ਦੇ ਮੂੰਹ ਤੇ ਰਹਿੰਦੀ ਹੈ ਸਮਾਈਲ ਹਮੇਸ਼ਾ, ਮੇਰਾ ਵੀਰ ਪਰਮ ਵਿਦੇਸ਼ਾ। ਹਾਂਜੀ ਪਰਮ ਜੀ, ਮੇਰੇ ਵੱਲੋਂ ਵੀ ਰੇਡੀਓ ਹਾਂਜੀ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਜਿਵੇਂ ਤੂੰ ਸਾਹਿਬ ਨੇ ਦੱਸਿਆ ਕਿ ਮੇਰੇ ਮੂੰਹ 'ਤੇ ਸਮਾਈਲ ਰਹਿੰਦੀ, ਉਹ ਤਾਂ ਪਤਾ ਨਹੀਂ ਰਹਿੰਦੀ ਕਿ ਨਹੀਂ ਰਹਿੰਦੀ, ਬਟ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਸੁਣ ਰਹੇ ਸਰੋਤਿਆਂ ਦੇ ਚਿਹਰੇ 'ਤੇ ਸਮਾਈਲ ਜ਼ਰੂਰ ਆਵੇ। ਬਿਲਕੁਲ ਜੀ ਬਿਲਕੁਲ। ਔਰ ਸਰੋਤਿਓ, ਤੁਹਾਨੂੰ ਹਰ ਵਾਰ ਦੀ ਤਰ੍ਹਾਂ ਅਸੀਂ ਲੈ ਕੇ ਆਏ ਹਾਂ ਆਪਣੇ ਵਿਹੜੇ ਦੇ ਵਿੱਚ ਖਾਸ ਮਹਿਮਾਨ ਤੁਹਾਡੇ ਲਈ। ਅਤੇ ਉਹਨਾਂ ਵੱਲ ਤਾਰੁਫ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਤੁਹਾਡੇ ਸਾਰੇ ਸਰੋਤਿਆਂ ਲਈ, ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਆਪਣਾ ਮੈਸੇਜ ਰੇਡੀਓ ਹਾਂਜੀ ਦੇ ਫੇਸਬੁੱਕ ਪੇਜ 'ਤੇ ਜ਼ਰੂਰ ਸਾਨੂੰ ਕਰੋ। ਤੁਹਾਨੂੰ ਸੱਦਾ ਦਿਆਂਗੇ, ਤੁਸੀਂ ਇੱਥੇ ਆ ਕੇ ਆਪਣੀ ਰਚਨਾ, ਆਪਣੀ ਕਵਿਤਾ, ਆਪਣੇ ਸ਼ੇਅਰ, ਜੋ ਤੁਸੀਂ ਲਿਖਿਆ ਸਾਰੇ ਸਰੋਤਿਆਂ ਨਾਲ ਸ਼ੇਅਰ ਕਰ ਸਕਦੇ ਹੋ। ਹਾਂਜੀ, ਸਾਡੇ ਪਹਿਲੇ ਮਹਿਮਾਨ ਬੀ ਪੀ ਰੰਗੀ ਸਾਹਿਬ। ਰੰਗੀ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜਨਾਬ। ਔਰ ਉਸ ਤੋਂ ਬਾਅਦ ਸਾਡੇ ਦੂਜੇ ਮਹਿਮਾਨ ਨੇ ਸੋਨੀ ਚਾਹਲ ਜੀ। ਸੋਨੀ ਜੀ, ਰੇਡੀਓ ਹਾਂਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ। ਧੰਨਵਾਦ ਹਰਮੀਤ, ਐਂਡ ਮੇਰੇ ਵੱਲੋਂ ਹਾਂਜੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੀਜੇ ਮਹਿਮਾਨ ਸਾਡੇ ਵਿਹੜੇ ਪਹੁੰਚੇ ਨੇ ਜੀ, ਕੈਵੀ ਸੰਧੂ। ਧੰਨਵਾਦ ਤੂਰ ਜੀ, ਅਤੇ ਮੇਰੇ ਵੱਲੋਂ ਹਾਂਜੀ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਸੋ ਪਰਮ ਜੀ, ਕਰੀਏ ਫਿਰ ਸ਼ੁਰੂਆਤ। ਹਾਂਜੀ ਬਿਲਕੁਲ ਜੀ। ਹਾਂਜੀ, ਤੁਸੀਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਕਿਸੇ ਮਹਾਨ ਕਵੀ ਦੀਆਂ ਕੁਛ ਜੀਵਨੀ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੰਦੇ ਹਾਂ, ਅੱਜ ਫਿਰ ਕਿਹੜੇ ਕਵੀ ਬਾਰੇ ਤੁਸੀਂ ਦੱਸ ਰਹੇ ਹੋ? ਅੱਜ ਮੈਂ ਲੈ ਕੇ ਆਇਆ ਜੀ ਨੰਦ ਲਾਲ ਨੂਰਪੁਰੀ। ਵਾਹ ਜੀ ਵਾਹ, ਕੀ ਬਾਤ ਹੈ ਜੀ। ਮੇਰਾ ਖਿਆਲ ਹੈ ਕਿ ਉਹਨਾਂ ਦੇ ਨਾਮ ਤੋਂ ਤਾਂ ਕੋਈ ਪਹਿਚਾਣ ਤੋਂ ਕੋਈ ਮੁਹਤਾਜ ਨਹੀਂ ਹੋਊਗਾ। ਬਿਲਕੁਲ ਜੀ ਬਿਲਕੁਲ। ਨੰਦ ਲਾਲ ਨੂਰਪੁਰੀ, ਜੇ ਮੈਂ ਇਹਨਾਂ ਦੀ ਗੱਲ ਕਰਾਂ, 1906 ਤੋਂ ਲੈ ਕੇ 1966 ਤੱਕ ਇਹਨਾਂ ਦਾ ਇੱਕ ਜ਼ਿੰਦਗੀ ਦਾ ਸਫ਼ਰ ਰਿਹਾ ਇਸ ਜਹਾਨ ਦੇ ਉੱਤੇ। ਔਰ ਨੂਰਪੁਰ ਵਿਲੇਜ ਜਿਹੜਾ ਲਹਿਰਪੁਰ ਡਿਸਟ੍ਰਿਕਟ 'ਚ ਆਉਂਦਾ, ਉਸ ਟਾਈਮ ਪਾਕਿਸਤਾਨ 'ਚ ਇਹਨਾਂ ਦਾ ਜਨਮ ਹੋਇਆ ਸੀਗਾ। ਔਰ ਇਹਨਾਂ ਦੇ ਪਿਤਾ ਜੀ ਦਾ ਨਾਂ ਸੀਗਾ ਬਿਸ਼ਨ ਸਿੰਘ, ਅਤੇ ਮਾਤਾ ਜੀ ਦਾ ਨਾਂ ਸੀ ਹੁਕਮਾ ਦੇਵੀ। 10ਵੀਂ ਤੱਕ ਦੀ ਜਿਹੜੀ ਇਹਨਾਂ ਦੀ ਪ੍ਰੀਖਿਆ ਸੀ, ਉਹ ਸਾਰੀ ਇਹਨਾਂ ਨੇ ਲੈਲਪੁਰ 'ਚ ਹੀ ਕੀਤੀ ਸੀ। ਉਸ ਤੋਂ ਬਾਅਦ ਇਹਨਾਂ ਨੇ, ਇਹਨਾਂ ਦੀ ਜਿਹੜੀ ਖਾਸ ਪ੍ਰਾਪਤੀ ਸੀ ਪਰਮ ਜੀ, ਉਹ ਇਹਨਾਂ ਨੇ ਬਹੁਤ ਸਾਰੀ ਫਿਲਮਾਂ 'ਚ ਆਪਣੇ ਗੀਤ ਦਿੱਤੇ ਆ, ਆਪਣੇ ਲਿਰਿਕਸ ਜਿਹੜੇ ਆਪਾਂ ਕਿੰਨੇ ਦਿੱਤੇ ਆ, ਹੋਰ ਸਾਰੀ ਰਚਨਾਵਾਂ ਇਹਨਾਂ ਨੇ ਲਿਖੀਆਂ ਨੇ। ਉਹਨਾਂ ਦੇ ਵਿੱਚੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਕਰਾਂਗਾ ਉਹਨਾਂ ਦੀ ਇੱਕ ਰਚਨਾ ਤੋਂ ਲੈ ਕੇ, ਜਿਹਦੇ ਇੱਕ ਬੋਲ ਨੇ, ਨੀ ਨਿੱਕੇ ਜਿਹੇ ਢੋਲ ਸਾਨੂੰ ਕਲੀਆਂ ਨੇ ਵੰਗਾ। ਹਾਂਜੀ, ਉਹਦੇ 'ਚ ਕੀ ਕਹਿੰਦੇ ਆ, ਵੰਗਾਂ ਵਿੱਚ ਦੂਰ ਦੀਆਂ ਵਾਸੀਆਂ ਦੀ ਯਾਦ ਆਈ, ਵੰਗਾਂ ਵਿੱਚ ਸੱਜਣਾ ਦੀ ਗੁੱਝੀ ਫਰਿਆਦ ਆਈ, ਵੰਗਾਂ ਵਿੱਚ ਨੈਣ ਨੇ ਲਕੋ ਕੇ ਕੱਲੇ ਮੀਤ ਨੇ, ਵੰਗਾਂ ਵਿੱਚੋਂ ਝਾਕਦੇ ਪ੍ਰੀਤ ਵਾਲੇ ਗੀਤ ਨੇ। ਵੰਗਾਂ ਵਿੱਚ ਦੂਰ ਦੀਆਂ ਵਾਸੀਆਂ ਦੀ ਯਾਦ ਆਈ, ਵੰਗਾਂ ਵਿੱਚ ਸੱਜਣਾ ਦੀ ਗੁੱਝੀ ਫਰਿਆਦ ਆਈ, ਵੰਗਾਂ ਵਿੱਚ ਨੈਣ ਨੇ ਲਕੋ ਕੇ ਕੱਲੇ ਮੀਤ ਨੇ, ਵੰਗਾਂ ਵਿੱਚੋਂ ਝਾਕਦੇ ਪ੍ਰੀਤ ਵਾਲੇ ਗੀਤ ਨੇ, ਵੰਗਾਂ ਛਣਕਾਉਂਦੀ ਮੈਂ ਸਰੀਕਾਂ ਕੋਲੋਂ ਲੰਘਾਂ, ਨੀ ਨਿੱਕੇ ਜਿਹੇ ਢੋਲ ਸਾਨੂੰ ਕਲੀਆਂ ਨੇ ਵੰਗਾਂ। ਅੱਗੇ ਕਹਿੰਦੇ ਆ, ਵੰਗਾਂ ਮੇਰੇ ਰੋਂਦੇ ਰੋਂਦੇ ਅੱਥਰੂ ਵਹਾ ਦਿੱਤੇ, ਵੰਗਾਂ ਮੇਰੇ ਸੁੱਤੇ ਸੁੱਤੇ ਜਜ਼ਬੇ ਜਗਾ ਦਿੱਤੇ, ਗੋਰੇ ਰੰਗ ਉੱਤੇ ਵੰਗਾਂ ਲਾਲ ਨੇ ਸੁਹਾਉਂਦੀਆਂ, ਵੰਗਾਂ ਬਾਹਾਂ ਮੇਰੀਆਂ ਨੂੰ ਜਫੀਆਂ ਨੇ ਪਾਉਂਦੀਆਂ, ਨੀ ਮਾਹੀ ਦੀ ਮੈਂ ਸੁੱਖ ਨਿੱਤ ਰੱਬ ਕੋਲੋਂ ਮੰਗਾਂ, ਨੀ ਨਿੱਕੇ ਜਿਹੇ ਢੋਲ ਸਾਨੂੰ ਕਲੀਆਂ ਨੇ ਵੰਗਾਂ। ਆਖਰੀ ਸਤਰਾਂ 'ਚ ਕੀ ਕਹਿੰਦੇ ਆ ਜੀ, ਵੰਗਾਂ ਮੇਰੀ ਉਜੜੀ ਜਵਾਨੀ ਨੂੰ ਵਸਾਉਣ ਆਈਆਂ ਨੇ, ਵੰਗਾਂ ਮੇਰੀ ਉਜੜੀ ਜਵਾਨੀ ਨੂੰ ਵਸਾਉਣ ਆਈਆਂ, ਵੰਗਾਂ ਮੇਰੇ ਵਿਹੜੇ ਨੂੰ ਸੁਹਾਗ ਭਾਗ ਲਾਉਣ ਆਈਆਂ, ਹੱਥੀ ਮੇਰੇ ਪਾ ਦੇ ਮਾਏ ਵੰਗਾਂ ਸੂਹੀਆਂ ਲਾਲ ਨੀ, ਹੱਥੀ ਮੇਰੇ ਪਾ ਦੇ ਮਾਏ ਵੰਗਾਂ ਸੂਹੀਆਂ ਲਾਲ ਨੀ, ਸਾਈਂ ਪੂਰੇ ਕਰੂ ਸਾਡੇ ਦਿਲ ਦੇ ਸਵਾਲ ਨੀ, ਘੁੰਡ ਨਾ ਮੈਂ ਚੁੱਕਾਂ, ਘੁੰਡ ਨਾ ਮੈਂ ਚੁੱਕਾਂ ਨੂਰਪੁਰੀ ਕੋਲੋਂ ਸੰਗਾਂ, ਨੀ ਨਿੱਕੇ ਜਿਹੇ ਢੋਲ ਸਾਨੂੰ ਘਲੀਆਂ ਨੇ ਵੰਗਾਂ। ਵਾਹ ਜੀ ਵਾਹ, ਤੁਸੀਂ ਸਭ ਬਹੁਤ ਸੋਹਣੇ ਤਰੀਕੇ ਨਾਲ, ਤੁਸੀਂ ਜਿੰਨੀ ਸੋਹਣੀ ਉਹਨਾਂ ਦੀ ਕਵਿਤਾ ਉਨੇ ਸੋਹਣੇ ਤਰੀਕੇ ਨਾਲ ਤੁਸੀਂ ਪੇਸ਼ ਵੀ ਕੀਤੀ ਹੈ। ਇਹ ਨਿਮਾਣੀ ਜੀ ਕੋਸ਼ਿਸ਼ ਸੀ ਜੀ ਇਹਨੂੰ ਪੇਸ਼ ਕਰਨ ਦੀ। ਸੋ ਹੁਣ ਰੁੱਖ ਕਰਦੇ ਹਾਂ ਜੀ ਆਪਣੇ ਪਹਿਲੇ ਮਹਿਮਾਨ ਬੀ ਪੀ ਰੰਗੀ ਸਾਹਿਬ, ਸਾਡੇ ਲਈ ਕੀ ਲੈ ਕੇ ਆਏ, ਔਰ ਉਸ ਤੋਂ ਪਹਿਲਾਂ ਆਪਣਾ ਥੋੜ੍ਹਾ ਜਿਹਾ ਤਾਰੁਫ ਜ਼ਰੂਰ ਕਰਾਓ ਸਾਡੇ ਸਰੋਤਿਆਂ ਦੇ ਨਾਲ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਨੂੰ ਆਸਟ੍ਰੇਲੀਆ ਆਏ ਨੂੰ 7-8 ਸਾਲ ਹੋ ਚੁੱਕੇ ਨੇ, ਅਤੇ ਇੰਡੀਆ ਤੋਂ ਮੈਂ ਲੁਧਿਆਣੇ ਜ਼ਿਲ੍ਹੇ ਦੇ ਰੰਗੀਆ ਪਿੰਡ ਤੋਂ ਬਿਲੋਂਗ ਕਰਦਾ।
ਤੇ ਬਸ ਉੱਥੋਂ ਸਟੱਡੀ ਖਤਮ ਗ੍ਰੈਜੂਏਸ਼ਨ ਕੀਤੀ ਤਾਂ ਇੱਥੇ ਆ ਗਏ ਤੇ ਇੱਥੇ ਬਸ ਸਫ਼ਰ ਜਾਰੀ ਹੈ ਜੀ ਆਪਣਾ। ਮੈਂ ਬਸ ਆਪਣੀ ਕਵਿਤਾਵਾਂ ਹੀ ਪੇਸ਼ ਕਰ ਰਿਹਾ ਜੀ, ਸ਼ੁਰੂ ਕਰ ਲੈਂਦੇ ਆਪਾਂ ਕਿਤੋਂ ਵੀ ਸ਼ੁਰੂ ਕਰ ਲੈਂਦੇ ਹਾਂ। ਨਾ ਕੋਈ ਵੀ ਗੱਲ ਖਾਮ ਖਾ ਦੱਸ ਮੈਂ ਕਦ ਕੀਤੀ ਹੈ, ਇਹਨਾਂ ਲੋਕਾਂ ਦੀ ਪਰਵਾਹ ਦੱਸ ਮੈਂ ਕਦ ਕੀਤੀ ਹੈ। ਮੈਂ ਕਦ ਆਖਿਆ ਕਿ ਮੈਂ ਸਾਧ ਹਾਂ ਸੱਜਣਾ, ਮੈਂ ਕਦ ਆਖਿਆ ਕਿ ਮੈਂ ਸਾਧ ਹਾਂ ਸੱਜਣਾ, ਪਰ ਮਾੜੀ ਤੇਰੇ ਨਾਲ ਭਲਾ ਦੱਸ ਮੈਂ ਕਦ ਕੀਤੀ ਹੈ। ਇੱਕ ਵਾਰੀ ਦਿਲ ਮੇਰਾ ਜੇ ਕੋਈ ਹਾਮੀ ਭਰ ਦੇਵੇ, ਇੱਕ ਵਾਰੀ ਦਿਲ ਮੇਰਾ ਜੇ ਕੋਈ ਹਾਮੀ ਭਰ ਦੇਵੇ, ਮੁੜ ਦਿਮਾਗ ਨਾਲ ਸਲਾਹ ਦੱਸ ਮੈਂ ਕਦ ਕੀਤੀ ਹੈ। ਕੋਈ ਲੋੜ ਜੇ ਹੋਵੇ ਤਾਂ ਮੈਂ ਮੁੜਕਾ ਡੋਲਦਾ, ਕੋਈ ਲੋੜ ਜੇ ਹੋਵੇ ਤਾਂ ਮੈਂ ਮੁੜਕਾ ਡੋਲਦਾ, ਇਹਨਾਂ ਪੱਥਰਾਂ ਅੱਗੇ ਦੁਆ ਦੱਸ ਮੈਂ ਕਦ ਕੀਤੀ ਹੈ। ਆਸ਼ਿਕ ਚੋਰ ਰੰਗੀ ਕੌਣ ਨਹੀਂ ਹੁੰਦਾ, ਆਸ਼ਿਕ ਚੋਰ ਰੰਗੀ ਕੌਣ ਨਹੀਂ ਹੁੰਦਾ, ਹੋਰ ਵੱਖਰੀ ਕੋਈ ਖਤਾ ਦੱਸ ਮੈਂ ਕਦ ਕੀਤੀ ਹੈ। ਇਹਨਾਂ ਲੋਕਾਂ ਦੀ ਪਰਵਾਹ ਦੱਸ ਮੈਂ ਕਦ ਕੀਤੀ ਹੈ। ਰੰਗੀ ਸਾਹਿਬ ਤੁਸੀਂ ਵਾਕਈ ਰੰਗ ਬੰਨ ਦਿੱਤਾ ਆਪਣੀ ਪਹਿਲੀ ਕਵਿਤਾ ਨਾਲ ਹੀ, ਬਹੁਤ ਅੱਛੇ ਅੰਦਾਜ਼ ਨਾਲ ਤੁਸੀਂ ਪੇਸ਼ ਕੀਤੀ ਹੈ ਕਵਿਤਾ। ਤੂੰ ਸਾਹਿਬ ਇੱਕ ਇਜਾਜ਼ਤ ਹੋਵੇ ਤਾਂ ਛੋਟਾ ਜਿਹਾ ਸ਼ੇਰ ਮਹਿਫਿਲ ਆਪਣੀ ਲੱਗੀ ਤੁਹਾਨੂੰ ਵੀ ਜਾਤਾ ਪੂਰੀ ਜੀ। ਸਦਾ ਉਹੀ ਫੁੱਲ ਜਿਹੜਾ ਹੋਵੇ ਜੋਬਨ ਤੇ ਆਇਆ, ਸਦਾ ਉਹੀ ਫੁੱਲ ਜਿਹੜਾ ਹੋਵੇ ਜੋਬਨ ਤੇ ਆਇਆ, ਤੇਜ਼ ਹਵਾ ਦੇ ਆ ਬੁੱਲਿਆਂ ਨਾਲ ਝੜ ਜਾਂਦਾ ਹੈ। ਨੀਵੇਂ ਨੂੰ ਦਬਾਉਣ ਲੋਕੀ ਰੋਂਦੇ ਨੂੰ ਰਵਾਉਣ, ਜਿਉਂਦਾ ਉਹੀ ਜਿਹੜਾ ਸੀਨਾ ਤਣ ਖੜ ਜਾਂਦਾ ਹੈ। ਅੱਗ ਵਾਂਗੂ ਪੈਂਦੀਆਂ ਦੁਪਹਿਰਾਂ ਜਿਹੜਾ ਸੀਨੇ ਉੱਤੇ, ਅੱਗ ਵਾਂਗੂ ਪੈਂਦੀਆਂ ਦੁਪਹਿਰਾਂ ਜਿਹੜਾ ਸੀਨੇ ਉੱਤੇ, ਝੱਲਦਾ ਏ ਦੁੱਧ ਵਾਂਗੂ ਕੱਢ ਜਾਂਦਾ ਏ, ਚੰਗੇ ਮਾੜੇ ਦਿਨ ਆਉਂਦੇ ਸਾਰਿਆਂ ਦੇ ਉੱਤੇ, ਬੰਦਾ ਉਹੀ ਜਿਹੜਾ ਸਮਿਆਂ ਨਾਲ ਲੜ ਜਾਂਦਾ। ਕਿਆ ਬਾਤ ਹੈ ਜੀ, ਬਰਮ ਜੀ ਹੈ, ਬੜੀ ਵਧੀਆ ਗੱਲ ਪੇਸ਼ ਕੀਤੀ, ਇੱਕ ਸੱਚਾਈ। ਬਿਲਕੁਲ ਬਿਲਕੁਲ ਹਾਂਜੀ, ਕਿਉਂਕਿ ਆਪਣੇ ਜੀਵਨ ਦਾ ਸੰਘਰਸ਼ ਆ, ਆਪਾਂ ਨੂੰ ਹਰੇਕ ਮੋੜ ਤੇ ਸੰਘਰਸ਼ ਚੱਲਣਾ ਪੈਂਦਾ ਆ, ਕਰਨਾ ਪੈਂਦਾ ਨਾ, ਤੇ ਉਹੀ ਆਪਾਂ ਆਪਣੀਆਂ ਕਵਿਤਾਵਾਂ ਵਿੱਚ ਲਿਖਣ ਦੀ ਕੋਸ਼ਿਸ਼ ਕਰੀਦੀ ਆ ਕਿ ਜੋ ਲਾਈਫ ਦੇ ਐਕਸਪੀਰੀਅੰਸ ਹੁੰਦੇ ਆ, ਆਪਾਂ ਲਾਈਫ 'ਚ ਕੀ ਚੱਲਦੇ ਹਾਂ ਨਾ ਜੀ, ਅਤੇ ਕਵਿਤਾ ਕੋਈ ਇੱਦਾਂ ਨਹੀਂ ਹੁੰਦਾ ਕਿ ਆਪਾਂ ਕਵਿਤਾ ਕੋਈ ਇੱਧਰੋਂ ਉੱਧਰੋਂ ਫੜ ਕੇ ਲੈ ਲਈਏ, ਕਵਿਤਾ ਆਪਣਾ ਲਾਈਫ ਦੇ ਪਰਸਨਲ ਐਕਸਪੀਰੀਅੰਸ ਹੁੰਦੇ ਆ। ਯਾਦ ਆ ਤੁਸੀਂ ਇੱਕ ਵਾਰੀ, ਮੈਨੂੰ ਤੁਹਾਡੀ ਉਹ ਗੱਲ ਬੜੀ ਵਧੀਆ ਲੱਗੀ ਸੀ, ਤੁਸੀਂ ਕਹੀ ਸੀ ਆਪਣੀ ਕਾਲਪਨਿਕ ਦੁਨੀਆ ਜਿਹੜੀ ਬਣ ਜਾਂਦੀ ਆ। ਬਿਲਕੁਲ ਬਿਲਕੁਲ, ਇੱਕ ਉਹ ਹੁੰਦੀ ਹੈ, ਇੱਕ ਤੁਹਾਡਾ ਆਪਣਾ ਜੋ ਹੱਡ ਬੀਤੀ ਤੁਸੀਂ ਕਹਿ ਲਓ ਤੁਹਾਡੇ ਕੋਲ ਹੁੰਦੀ ਆ, ਉਹ ਤੁਸੀਂ ਆਪਣਾ ਲਿਖਦੇ ਹੋ। ਸੋ ਬਹੁਤ ਖੂਬ ਵਧੀਆ ਪਰਮ ਜੀ, ਅਤੇ ਰੰਗੀ ਸਾਹਿਬ ਨੂੰ ਪੁੱਛਦੇ ਹਾਂ ਦੂਜੀ ਨਜ਼ਮ ਕਿਹੜੀ ਸਾਡੇ ਲਈ ਲੈ ਕੇ ਆ ਰਹੇ ਨੇ। ਦੂਸਰੀ ਨਜ਼ਮ ਜੀ ਆਪਣੇ, ਮੈਂ ਜੀਵਨ ਦੀ ਇੱਕ ਤਰ੍ਹਾਂ ਦੀਆਂ ਆਪਾਂ ਕਹਿ ਸੱਚਾਈਆਂ ਕਹਿ ਸਕਦੇ ਹਾਂ, ਜਾਂ ਜਿਹੜੀ ਚੀਜ਼ ਮੈਂ ਫੋਲੋ ਕਰਦਾ ਉਹ ਚੀਜ਼ ਆ, ਕਹਿੰਦਾ ਜ਼ਰਾ ਤਰਕ ਨਾਲ ਗੱਲ ਕਰ, ਧਰਤੀ ਘੁੰਮਦੀ ਹੈ ਕਿਹੜਾ ਸਿੰਘਾਂ ਦੇ ਖੜੀ ਹੈ, ਸੱਚ ਕਹਿਣਾ ਬਹੁਤ ਬੜੀ ਗੱਲ ਹੈ ਅਤੇ ਸੱਚ ਸੁਣਨਾ ਉਸ ਤੋਂ ਵੀ ਬੜੀ ਹੈ। ਬਿਲਕੁਲ, ਹਰ ਦਹਾਕੇ ਇੱਕ ਨਵਾਂ ਰੱਬ ਜੰਮਦਾ, ਕਿਹਨੂੰ ਮੰਨੀਏ ਮੁਸ਼ਕਿਲ ਹੀ ਬੜੀ ਹੈ, ਉਹ ਦਿਨ ਵਿਚਾਰਦਾ ਅਤੇ ਵਹਿਮ ਵੀ ਕਰਦਾ, ਹਾਂ ਉਹ ਦਿਨ ਵਿਚਾਰਦਾ ਅਤੇ ਵਹਿਮ ਵੀ ਕਰਦਾ, ਬਾਣੀ ਸਮਝੀ ਵੀ ਹੈ ਕਿ ਬਸ ਪੜ੍ਹੀ ਹੈ, ਅਕਲ ਦਾ ਜਨਾਜ਼ਾ ਸ਼ਰੇਆਮ ਨਿਕਲਦਾ ਹੈ, ਹਾਂ ਅਕਲ ਦਾ ਜਨਾਜ਼ਾ ਸ਼ਰੇਆਮ ਨਿਕਲਦਾ ਹੈ, ਪੱਥਰਾਂ ਦੇ ਬੁੱਤਾਂ ਤੇ ਦੁੱਧ ਦੀ ਝੜੀ ਹੈ, ਸਾਡੀ ਤਰਾਸ ਦੀ ਬਸ ਇਹੋ ਹੈ ਕਿ ਬਾਬਾ ਜੀ ਨੇ ਪੱਤਰੀ ਕੰਪਿਊਟਰ ਨਾਲ ਘੜੀ ਹੈ। ਜੇ ਮੈਂ ਬਿਮਾਰ ਹੋਵਾਂ ਤਾਂ ਕਿਸੇ ਵੈਦ ਨੂੰ ਬੁਲਾਇਓ, ਹਾਂ ਜੇ ਮੈਂ ਬਿਮਾਰ ਹੋਵਾਂ ਤਾਂ ਕਿਸੇ ਵੈਦ ਨੂੰ ਬੁਲਾਇਓ, ਪੀਰਾਂ ਫਕੀਰਾਂ ਕੋਲ ਕਿਹੜਾ ਸੰਜੀਵਨੀ ਜੜੀ ਹੈ, ਬੜੇ ਸਤਿਕਾਰ ਨਾਲ ਰੰਗੀ ਲੱਤਾਂ ਭੰਨ ਕੇ ਉਹਨੇ ਰੱਬ ਆਪਣੇ ਦੀ ਰਾਖੀ ਕਰੀ ਹੈ, ਉਹਨੇ ਰੱਬ ਆਪਣੇ ਦੀ ਰਾਖੀ ਕਰੀ ਹੈ। ਬਹੁਤ ਬਹੁਤ, ਬਾਕੀ ਆਪਣੀ ਲਾਈਫ ਦਾ, ਆਪਣੀ ਲਾਈਫ ਦਾ ਨਹੀਂ ਹਰੇਕ ਦੀ ਲਾਈਫ ਦਾ ਮੇਰੇ ਹਿਸਾਬ ਨਾਲ ਇਹੀ ਐਕਸਪੀਰੀਅੰਸ ਆ ਅਤੇ ਇਹੀ ਵਾਪਰਦੀਆਂ ਘਟਨਾਵਾਂ ਜੋ ਉਹਨਾਂ ਨੇ ਕਵਿਤਾ ਰਾਹੀਂ ਪੇਸ਼ ਕੀਤੀਆਂ, ਬਹੁਤ ਅੱਛੇ। ਰੰਗ ਹੀ ਹੁੰਦਾ ਜੀ, ਰੰਗ ਪੇਸ਼ ਕਰਨ ਦਾ ਰੰਗ ਹੀ ਵੱਖਰਾ ਹੁੰਦਾ। ਬਿਲਕੁਲ ਬਿਲਕੁਲ। ਸੋ ਸਰੋਤਿਓ, ACBP ਰੰਗੀ ਸਾਹਿਬ ਪ੍ਰੋਗਰਾਮ ਬਾਦ ਦਸਤੂਰ ਚੱਲ ਰਿਹਾ ਜੀ, ਸਟਾਰਟਿੰਗ ਤੂਰ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਕਵਿਤਾ ਨਾਲ ਨੰਦ ਲਾਲ ਨੂਰਪੁਰੀ ਜੀ ਦੀ, ਉਸ ਤੋਂ ਬਾਅਦ ਸਾਡੇ ਮਹਿਮਾਨ ਕਵੀ BP ਰੰਗੀ ਸਾਹਿਬ ਨੇ ਬਹੁਤ ਅੱਛੇ ਤਰੀਕੇ ਨਾਲ ਆਪਣੀਆਂ ਦੋ ਰਚਨਾਵਾਂ ਪੇਸ਼ ਕੀਤੀਆਂ। ਆਪਾਂ ਰੁੱਖ ਕਰਦੇ ਹਾਂ ਆਪਣੇ ਅਗਲੇ ਮਹਿਮਾਨ ਕਵੀ ਵੱਲ, ਕੈਵੀ ਸੰਧੂ ਹੋਣਾ ਵੱਲ।
ਦਰਖਾਸਤ ਕਰਾਂਗੇ ਕਿ ਆਪਣੇ ਬਾਰੇ ਕੁਛ ਪਹਿਲਾਂ ਦੱਸਣ ਅਤੇ ਪੇਸ਼ ਕਰਨ ਆਪਣੀ ਨਜ਼ਮ। ਹਾਂਜੀ ਸੰਧੂ ਸਰ। ਹਾਂਜੀ, ਮੇਰੇ ਵੱਲੋਂ ਜਾਨੀ ਕਿ ਵੀ ਸੰਧੂ ਵੱਲੋਂ ਸਭ ਤੋਂ ਪਹਿਲਾਂ ਜੀ, ਹਾਂਜੀ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮੈਂ ਧੰਨਵਾਦ ਕਰਦਾ ਹਾਂਜੀ ਰੇਡੀਓ ਦਾ ਜਿਨ੍ਹਾਂ ਦਰਸ਼ਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਹੋਇਆ ਇਹ ਕਹਿੰਦਾ ਕਿ ਮੈਂ 2006 'ਚ ਆਸਟ੍ਰੇਲੀਆ ਆਇਆ ਸੀ, ਅਤੇ ਉਸ ਤੋਂ ਬਾਅਦ ਜੋ ਵੀ ਇੱਥੇ ਪੜ੍ਹਾਈ ਆਪਣੀ ਪੂਰੀ ਕੀਤੀ ਅਤੇ ਅੱਗੇ ਦੀ ਲਾਈਫ ਜਿਵੇਂ ਚੱਲਦੀ ਰਹੀ। ਅਤੇ ਪੰਜਾਬ ਤੋਂ ਮੈਂ ਪਟਿਆਲੇ ਡਿਸਟ੍ਰਿਕਟ ਤੋਂ, ਛੋਟਾ ਜਿਹਾ ਪਿੰਡ ਹੈ ਖਤੌਲੀ, ਉੱਥੋਂ ਬਿਲੋਂਗ ਕਰਦਾ। ਅਤੇ ਅੱਜ ਦੇ ਦਿਨ ਇੱਥੇ ਮੈਂ ਆਪਣੀ ਜਿਹੜੀ ਕਵਿਤਾ ਸੱਚ ਲੈ ਕੇ ਹਾਜ਼ਰ ਹੋਇਆ, ਜੋ ਤੁਹਾਡੇ ਰੂਬਰੂ ਕਰ ਰਿਹਾ। ਸੋ ਸ਼ੁਰੂ ਕਰਦੇ ਹਾਂ ਜੀ। ਜਿੱਥੇ ਤੱਕ ਹੈ ਚੱਲਦਾ ਹਰ ਕੋਈ ਆਪਣਾ ਜ਼ੋਰ ਚਲਾਉਂਦਾ ਹੈ, ਜਿੱਥੇ ਤੱਕ ਹੈ ਚੱਲਦਾ ਹਰ ਕੋਈ ਆਪਣਾ ਜ਼ੋਰ ਚਲਾਉਂਦਾ ਹੈ, ਉੱਪਰੋਂ ਕਰਨ ਸਮਾਜ ਦੀ ਗੱਲ ਪਰ ਅੰਦਰੋਂ ਹਰ ਕੋਈ ਆਪਣਾ ਉੱਲੂ ਸਿੱਧਾ ਕਰਾਉਂਦਾ ਹੈ। ਉੱਪਰੋਂ ਕਰਨ ਸਮਾਜ ਦੀ ਗੱਲ ਪਰ ਅੰਦਰੋਂ ਹਰ ਕੋਈ ਆਪਣਾ ਉੱਲੂ ਸਿੱਧਾ ਕਰਾਉਂਦਾ ਹੈ। ਅੱਜ ਕੱਲ੍ਹ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ, ਅੱਜ ਕੱਲ੍ਹ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ, ਪਰ ਕਹੇ ਬੋਲ ਕੋਈ ਹੀ ਪਗਾਉਂਦਾ ਹੈ, ਪਰ ਕਹੇ ਬੋਲ ਕੋਈ ਹੀ ਪਗਾਉਂਦਾ ਹੈ। ਇਹਨਾਂ ਸਿਆਸਤਦਾਨਾਂ ਨੇ ਤਾਂ ਦੇਸ਼ ਲੁੱਟ ਕੇ ਖਾ ਲਿਆ, ਇਹਨਾਂ ਸਿਆਸਤਦਾਨਾਂ ਨੇ ਤਾਂ ਦੇਸ਼ ਲੁੱਟ ਕੇ ਖਾ ਲਿਆ, ਹਰ ਰਾਜਨੇਤਾ ਬਸ ਆਪਣਾ ਹੀ ਮੈਲ ਬਣਾਉਂਦਾ ਹੈ। ਓਏ ਸ਼ਰਮ ਕਰੋ, ਸਮਝੋ ਜ਼ਿੰਮੇਵਾਰੀ ਨੂੰ, ਓਏ ਸ਼ਰਮ ਕਰੋ, ਸਮਝੋ ਜ਼ਿੰਮੇਵਾਰੀ ਨੂੰ, ਇਹ ਜਨਤਾ ਦਾ ਪੈਸਾ ਹੀ ਤੁਹਾਨੂੰ ਐਸ਼ ਕਰਾਉਂਦਾ ਹੈ। ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਸਾਰੇ, ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਸਾਰੇ, ਨਾ ਭੁੱਲੋ ਢਲਦਾ ਸੂਰਜ ਵੀ ਜ਼ਿੰਦਗੀ ਦਾ ਹਿੱਸਾ ਖਵਾਉਂਦਾ ਹੈ। ਮੈਂ ਮੰਨਦਾ ਉਦੋਂ ਦੁੱਖ ਜ਼ਰੂਰ ਹੁੰਦਾ, ਮੈਂ ਮੰਨਦਾ ਉਦੋਂ ਦੁੱਖ ਜ਼ਰੂਰ ਹੁੰਦਾ ਜਦੋਂ ਕੋਈ ਮੇਰੇ ਵਰਗਾ ਗੱਲ ਸੱਚੀ ਲਿਖ ਸੁਣਾਉਂਦਾ ਹੈ, ਕਿਉਂਕਿ ਸੱਚ ਹਮੇਸ਼ਾ ਕੌੜਾ ਹੀ ਅਖਵਾਉਂਦਾ ਹੈ। ਬਹੁਤ ਇੱਥੇ ਮੇਰੇ ਵਰਗੇ ਪਾਣੀ 'ਚ ਮਦਾਣੀ ਪਾਉਣ ਵਾਲੇ, ਬਹੁਤ ਇੱਥੇ ਮੇਰੇ ਵਰਗੇ ਪਾਣੀ 'ਚ ਮਦਾਣੀ ਪਾਉਣ ਵਾਲੇ, ਕੋਈ ਹੀ ਭਗਤ ਸਰਾਬੇ ਵਾਂਗ ਰੱਸੇ ਨੂੰ ਫੁੱਲਾਂ ਦਾ ਹਾਰ ਬਣਾਉਂਦਾ ਹੈ। ਕੈਵੀ ਸੰਧੂ ਵੀ ਆਉਂਦਾ ਉਹਨਾਂ ਸਾਰਿਆਂ 'ਚ, ਕੈਵੀ ਸੰਧੂ ਵੀ ਆਉਂਦਾ ਉਹਨਾਂ ਸਾਰਿਆਂ 'ਚ, ਪਰ ਇੰਨਾ ਹੈ ਕਿ ਇਬਾਦ ਦਾ ਪਤੰਗੜ ਨਹੀਂ ਬਣਾਉਂਦਾ ਹੈ, ਪਰ ਇੰਨਾ ਹੈ ਕਿ ਇਬਾਦ ਦਾ ਪਤੰਗੜ ਨਹੀਂ ਬਣਾਉਂਦਾ। ਬਹੁਤ ਅੱਛੇ, ਬਹੁਤ ਅੱਛੇ ਕੈਵੀ ਵੀਰ, ਤੁਸੀਂ ਅੱਜ ਦੇ ਅਜੋਕੇ ਯੁੱਗ ਦੇ ਹਾਲਾਤਾਂ ਨੂੰ ਬਹੁਤ ਤਰਤੀਬਾ ਤਰੀਕੇ ਨਾਲ ਕਲਮਬੱਧ ਕਰਕੇ ਸੁਣਾਇਆ, ਬਹੁਤ ਅੱਛਾ ਲੱਗਾ, ਬਹੁਤ ਮਜ਼ਾ ਆਇਆ ਸੁਣ ਕੇ ਤੁਹਾਡੀ ਕਵਿਤਾ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਅਤੇ ਹਾਂਜੀ ਤੂਰ ਸਾਹਿਬ, ਤੁਸੀਂ ਕੁਛ? ਪਰਮ ਜੀ, ਮੈਂ ਤੁਹਾਨੂੰ ਯਾਦ ਪਿਛਲੇ ਪ੍ਰੋਗਰਾਮ 'ਚ ਆਪਾਂ ਗੱਲ ਕੀਤੀ ਸੀ, ਇੱਕ ਮੈਂ ਨਜ਼ਮ ਸ਼ੁਰੂ ਕੀਤੀ ਸੀ ਆਪਣੀ। ਹਾਂਜੀ ਹਾਂਜੀ, ਇੱਕ ਸੂਰਜ ਤੂੰ ਮੈਨੂੰ ਉਧਾਰ ਦੇ। ਬਿਲਕੁਲ ਬਿਲਕੁਲ ਜੀ, ਮੈਂ ਪੂਰੀ ਕਰ ਲਈ, ਮੈਂ ਚਾਹਾਂਗਾ ਤੁਹਾਡੇ ਨਾਲ ਮੈਂ ਉਹ ਸ਼ੇਅਰ ਕਰਾਂ। ਅੱਛਾ, ਇਸ ਤੋਂ ਪਹਿਲਾਂ ਕਿ ਸਾਰੀ ਸਿਆਹੀ ਸੁੱਕ ਜੇ। ਇਹਦੇ ਪਿੱਛੇ ਸੋਚ ਇਹ ਆ, ਜੋ ਮੈਂ ਇੱਕ ਆਪਣੀ ਔਰਤ ਕ੍ਰੀਏਟ ਕੀਤਾ ਵੀ ਇੱਕ ਬੱਚਾ ਯਤੀਮ ਆ ਜਿਹਦੇ ਮਾਂ ਬਾਪ ਨਹੀਂ ਹੈਗੇ, ਲੇਕਿਨ ਉਹਨੂੰ ਸਮਾਜ ਦੀਆਂ ਬਹੁਤ ਸਾਰੀਆਂ ਕੁਰੀਤੀਆਂ ਵੇਖਣੀਆਂ ਪੈਂਦੀਆਂ ਨੇ, ਸਮਾਜ ਨੂੰ ਕਿਸ ਤਰੀਕੇ ਨਾਲ ਲੈਂਦਾ, ਉਹ ਰੱਬ ਨਾਲ ਗਿਲੇ ਸ਼ਿਕਵੇ ਵੀ ਕਰਦਾ, ਔਰ ਉਸ ਸਥਿਤੀ 'ਤੇ ਜਾ ਕੇ ਉਹ ਲਿਖ ਰਿਹਾ। ਮੈਂ ਸ਼ਾਇਰ ਨੇ ਮੈਂ ਚੀਜ਼ ਲਿਖਣ ਦੀ ਕੋਸ਼ਿਸ਼ ਕੀਤੀ ਆ ਵੀ ਜਦੋਂ ਉਹ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦਾ, ਪਰ ਫਿਰ ਵੀ ਉਹ ਇੱਕ ਉਮੀਦ ਰੱਖਦਾ ਵੀ ਸ਼ਾਇਦ ਕਿਤੇ ਰੱਬ ਮੈਨੂੰ ਜ਼ਿੰਦਗੀ ਦੇਵੇ ਅਤੇ ਮੈਂ ਸਮਾਜ 'ਚ ਜੀ ਸਕਾਂ। ਬਿਲਕੁਲ ਜੀ, ਉਮੀਦ 'ਤੇ ਦੁਨੀਆ ਕਾਇਮ ਹੈ ਉਸੇ। ਕੀ ਕਹਿੰਦਾ ਇਨਸਾਨ, ਇੱਕ ਸੂਰਜ ਤੂੰ ਮੈਨੂੰ ਉਧਾਰ ਦੇ ਦੇ, ਭਾਵ ਇੱਕ ਦਿਨ ਮੈਨੂੰ ਉਧਾਰ ਚਾਹੀਦਾ। ਇੱਕ ਸੂਰਜ ਤੂੰ ਮੈਨੂੰ ਉਧਾਰ ਦੇ ਦੇ, ਮੇਰੇ ਹਿੱਸੇ ਦਾ ਬਣਦਾ ਪਿਆਰ ਦੇ ਦੇ, ਬੜਾ ਔਖਾ ਹੋਇਆ ਜੀਣਾ ਨਫ਼ਰਤ ਦੇ ਪੈਮਾਨਿਆਂ ਵਿੱਚ, ਦਮ ਜਿਹਾ ਘੁੱਟਦਾ ਮੇਰਾ ਆਪਣੇ ਬਣੇ ਬੇਗਾਨਿਆਂ ਦੇ ਵਿੱਚ, ਮਿਲ ਜਾਏ ਕਿਤੋਂ ਬਾਪ ਦਾ ਸਾਇਆ, ਮਿਲ ਜਾਏ ਕਿਤੋਂ ਬਾਪ ਦਾ ਸਾਇਆ, ਗੁਆਚੀ ਅਮੜੀ ਦਾ ਤੂੰ ਪਿਆਰ ਦੇ ਦੇ, ਇੱਕ ਸੂਰਜ ਤੂੰ ਮੈਨੂੰ ਉਧਾਰ ਦੇ ਦੇ, ਮੇਰੇ ਹਿੱਸੇ ਦਾ ਬਣਦਾ ਪਿਆਰ ਦੇ ਦੇ। ਕਿੰਜ ਕਰਾਂ ਮੈਂ ਭਰੋਸਾ, ਕਿੰਜ ਕਰਾਂ ਮੈਂ ਭਰੋਸਾ, ਆਪਣੇ ਹੱਥਾਂ ਦੀਆਂ ਲਕੀਰਾਂ 'ਤੇ, ਨਿੱਤ ਰੱਖਣਾ ਪੈਂਦਾ ਹੈ ਸੀਸ ਤਾਨੇ ਮਿਹਣੇ ਦੀਆਂ ਸ਼ਮਸ਼ੀਰਾਂ 'ਤੇ, ਨਿੱਤ ਰੱਖਣਾ ਪੈਂਦਾ ਹੈ ਸੀਸ ਤਾਨੇ ਮਿਹਣੇ ਦੀਆਂ ਸ਼ਮਸ਼ੀਰਾਂ 'ਤੇ, ਮੱਥਾ ਚੁੰਮੇ ਗੱਲ ਨਾਲ ਲਾਵੇ ਕੋਈ, ਮੱਥਾ ਚੁੰਮੇ ਗੱਲ ਨਾਲ ਲਾਵੇ ਕੋਈ, ਉਹ ਪੁੱਤਰ ਬੱਚਾ ਕਹਿਣ ਵਾਲੀ ਪੁਕਾਰ ਦੇ ਦੇ, ਇੱਕ ਸੂਰਜ ਤੂੰ ਮੈਨੂੰ ਉਧਾਰ ਦੇ ਦੇ, ਮੇਰੇ ਹਿੱਸੇ ਦਾ ਬਣਦਾ ਪਿਆਰ ਦੇ ਦੇ। ਲੋਕੀ ਆਖਦੇ ਕਰਮਾਂ ਦਾ ਫਲ ਹੈ, ਰੋਕੀ ਆਖਦੇ ਕਰਮਾਂ ਦਾ ਫਲ ਹੈ, ਰੱਬ ਦੀ ਖੇਡ ਸੀ ਰਚਾਈ, ਉਹ ਜਦੋਂ ਲਿਖਣ ਲੱਗਾ ਸੀ ਡਾਢਿਆ ਲੇਖ ਮੇਰੇ, ਤੇਰੀ ਕਿਉਂ ਮੁੱਕ ਗਈ ਸੀ ਸਿਆਹੀ।
ਜ਼ਿਲਤ ਦੀ ਨਿਗਾਹਾਂ ਨਾਲ ਤਪਦਾ ਸੀ ਬਦਨ ਮੇਰਾ, ਜ਼ਿਲਤ ਦੀ ਨਿਗਾਹਾਂ ਨਾਲ ਤਪਦਾ ਸੀ ਬਦਨ ਮੇਰਾ, ਆਪਣੀ ਰਹਿਮਤ ਦੀ ਠੰਡੀ ਫੁਹਾਰ ਦੇ ਦੇ, ਇੱਕ ਸੂਰਜ ਤੂੰ ਮੈਨੂੰ ਉਧਾਰ ਦੇ ਦੇ, ਮੇਰੇ ਹਿੱਸੇ ਦਾ ਬਣਦਾ ਪਿਆਰ ਦੇ ਦੇ। ਆਖਰੀ ਸਤਰਾਂ 'ਚ ਕੀ ਕਹਿੰਦਾ ਜੀ, ਕੀ ਉਹਨਾਂ ਬੱਚਿਆਂ ਦਾ ਜੀਣਾ, ਕੀ ਉਹਨਾਂ ਬੱਚਿਆਂ ਦਾ ਜੀਣਾ, ਮੀਤ ਮਰਨ ਜਿਨ੍ਹਾਂ ਦੇ ਮਾਂ ਬਾਪ, ਕਿਉਂ ਕੁੱਲ ਲੁਕਾਈ ਮੈਨੂੰ ਤੱਕਦੀ ਇਸ ਤਰ੍ਹਾਂ ਜਿਵੇਂ ਮੈਂ ਕਮਾਇਆ ਕੋਈ ਪਾਪ, ਕਿਉਂ ਰੱਖਦੇ ਸਾਨੂੰ ਪਿਆਰ ਤੋਂ ਵਾਂਝੇ, ਕਿਉਂ ਰੱਖਦੇ ਸਾਨੂੰ ਪਿਆਰ ਤੋਂ ਵਾਂਝੇ, ਮੈਂ ਜੱਗ ਤੋਂ ਪੁੱਛਾਂ ਇੱਕ ਐਸਾ ਕੋਈ ਸਵਾਲ ਦੇ ਦੇ, ਇੱਕ ਸੂਰਜ ਤੂੰ ਮੈਨੂੰ ਉਧਾਰ ਦੇ ਦੇ, ਮੇਰੇ ਹਿੱਸੇ ਦਾ ਬਣਦਾ ਪਿਆਰ ਦੇ ਦੇ। ਵਾਹ ਜੀ ਵਾਹ, ਤੁਸੀਂ ਬੜਾ ਦਰਦ ਲੈ ਕੇ ਆਇਓ ਕਵਿਤਾ ਵਿੱਚ, ਬਾਕੀ ਤੁਸੀਂ ਅੱਜ ਦੇ ਇਸ ਮਹਿਫਲ ਨੂੰ ਕੁਛ ਹੋਰ ਪਾਸੇ ਤੁਸੀਂ ਲੈ ਗਏ ਹੋ। ਆਪਾਂ ਰੁੱਖ ਕਰਦੇ ਹਾਂ ਆਪਣੇ ਮਹਿਮਾਨ ਕਵੀ ਵੱਲ, ਕੀ ਦੇਖਦੇ ਹਾਂ ਕਿ ਦੂਜੀ ਨਜ਼ਮ ਕਿਹੜੀ ਲੈ ਕੇ ਆਏ ਆ। ਹਾਂਜੀ ਸੰਤ ਸਾਹਿਬ, ਕਿਹੜੀ ਨਜ਼ਮ ਦੂਜੀ ਪੇਸ਼ ਕਰੋਗੇ? ਦੂਜੀ ਨਜ਼ਮ ਮੈਂ ਪੇਸ਼ ਕਰ ਰਿਹਾ, ਇੱਕ ਕਵਿਤਾ। ਹਾਂਜੀ, ਜਦੋਂ ਕਿਸੇ ਚੀਜ਼ ਨੂੰ ਪਾਉਣ ਦੀ ਚਾਹਤ ਹੋਵੇ, ਜਦੋਂ ਕਿਸੇ ਚੀਜ਼ ਨੂੰ ਪਾਉਣ ਦੀ ਚਾਹਤ ਹੋਵੇ ਤਾਂ ਉਸ ਪਿੱਛੇ ਪਾਗਲ ਹੋ ਜਾਈਦਾ। ਜੇ ਯਾਰ ਦੀ ਇੱਕ ਵਾਰੀ ਬਾਂਹ ਫੜ ਲਓ, ਜੇ ਯਾਰ ਦੀ ਇੱਕ ਵਾਰੀ ਬਾਂਹ ਫੜ ਲਓ ਤਾਂ ਫਿਰ ਵਿੱਚ ਛੱਡ ਕੇ ਨਹੀਂ ਜਾਈਦਾ। ਜੇ ਮਿਸਾਲ ਪਿਆਰ ਦੀ ਤੂੰ ਦੇਣੀ ਯਾਰਾ, ਜੇ ਮਿਸਾਲ ਪਿਆਰ ਦੀ ਤੂੰ ਦੇਣੀ ਯਾਰਾ ਤਾਂ ਫਿਰ ਪੱਟਦਾ ਮਾਸ ਖਵਾਈਦਾ। ਜੇ ਹੀਰੇ ਵਾਂਗ ਚਮਕਣਾ ਜੱਗ 'ਤੇ ਤੂੰ, ਜੇ ਹੀਰੇ ਵਾਂਗ ਚਮਕਣਾ ਜੱਗ 'ਤੇ ਤੂੰ ਤਾਂ ਆਪਣਾ ਅਲੱਗ ਹੀ ਰਾਹ ਬਣਾਈਦਾ। ਮੁਸ਼ਕਲਾਂ ਆਉਂਦੀਆਂ ਨੇ ਸੱਚ ਦੇ ਰਸਤਿਆਂ 'ਤੇ, ਮੁਸ਼ਕਲਾਂ ਆਉਂਦੀਆਂ ਨੇ ਸੱਚ ਦੇ ਰਸਤਿਆਂ 'ਤੇ, ਬਣ ਕੇ ਸ਼ੇਰ ਗਿੱਦੜਾਂ ਤੋਂ ਨਹੀਂ ਘਬਰਾਈਦਾ। ਜੇ ਕਿਤੇ ਕੌਮ ਨੂੰ ਬਲੀ ਦੀ ਲੋੜ ਪੈ ਜਾਵੇ, ਜੇ ਕਿਤੇ ਕੌਮ ਨੂੰ ਬਲੀ ਦੀ ਲੋੜ ਪੈ ਜਾਵੇ ਤਾਂ ਹੱਸ ਹੱਸ ਕੇ ਸੂਲੀ ਚੜ੍ਹ ਜਾਈਦਾ। ਮਾਂ ਦੇ ਪੈਰਾਂ ਵਿੱਚ ਹੁੰਦਾ ਰੱਬ ਯਾਰੋ, ਮਾਂ ਦੇ ਪੈਰਾਂ ਵਿੱਚ ਹੁੰਦਾ ਰੱਬ ਯਾਰੋ, ਕਦੇ ਮਾਂ ਕਹਿ ਵੀ ਕਦੇ ਮਾਂ ਦਾ ਦਿਲ ਨਹੀਂ ਦੁਖਾਈਦਾ, ਕਹਿ ਵੀ ਕਦੇ ਮਾਂ ਦਾ ਦਿਲ ਨਹੀਂ ਦੁਖਾਈਦਾ। ਤੂਰ ਸਾਹਿਬ, ਇੱਕ ਗੱਲ ਤਾਂ ਮੈਂ ਇਹਨਾਂ ਦੀ ਲਿਖਣੀ ਤੋਂ ਦੇਖੀ ਆ ਕਿ ਕਾਫੀ ਜੁਝਾਰੂ ਕਿਸਮ ਦੀਆਂ ਕਵਿਤਾਵਾਂ ਲਿਖਦੇ ਨੇ। ਵਧੀਆ ਜੀ, ਵਧੀਆ, ਬੜਾ ਸੋਹਣਾ ਰੰਗ ਇਹਨਾਂ ਨੇ ਬੰਨਿਆ। ਸੋ ਪਰਮ ਜੀ, ਚਲੀਏ ਆਪਾਂ ਆਪਣੇ ਅਗਲੇ ਮਹਿਮਾਨ ਪਾਸੇ। ਹਾਂਜੀ ਬਿਲਕੁਲ ਜੀ, ਨਾਲ ਦੀ ਨਾਲ ਆਪਾਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਦੁਬਾਰਾ ਤੋਂ ਦਰਖਾਸਤ ਕਰ ਦਈਏ ਕਿ ਜੇ ਤੁਸੀਂ ਵੀ ਲਿਖਣ ਦਾ ਸ਼ੌਂਕ ਰੱਖਦੇ ਹੋ, ਜੇ ਤੁਹਾਡੀ ਕੋਲ ਵੀ ਡਾਇਰੀ ਹੈ ਜੇ ਸਿਰਾਣੇ ਥੱਲੇ ਪਈ ਹੈ ਜਾਂ ਕਿਸੇ ਕਵਰ ਵਿੱਚ ਪਈ ਹੈ, ਤੇ ਹੁਣ ਵੇਲਾ ਆ ਗਿਆ ਕਿ ਹਾਂਜੀ ਉਹਨੂੰ ਕੱਢੋ ਤੇ ਸਾਡੇ ਤੱਕ ਇੰਟਰਸਟ ਆਪਣਾ ਸ਼ੋਅ ਕਰੋ, ਤੇ ਤੁਸੀਂ ਵੀ ਇਸ ਮਹਿਫਲ ਦਾ ਸ਼ਿੰਗਾਰ ਬਣ ਸਕਦੇ ਹੋ ਤੇ ਆਪਣੀਆਂ ਕਵਿਤਾਵਾਂ ਸਰੋਤਿਆਂ ਦੇ ਰੂਬਰੂ ਕਰ ਸਕਦੇ ਹੋ। ਤੇ ਹਾਂਜੀ, ਆਪਾਂ ਰੁੱਖ ਕਰਦੇ ਹੁਣ ਆਪਣੇ ਅਗਲੇ ਮਹਿਮਾਨ ਕਵੀ ਵੱਲ। ਹਾਂਜੀ, ਮੇਰਾ ਵੀਰ ਸੋਨੀ ਚਾਲ, ਸੋਨੀ ਜੀ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਮੇਰੇ ਵੱਲੋਂ। ਹਾਂਜੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦੀ ਹਾਂ ਹਰਮੀਤ ਦਾ, ਜਿਹਨੇ ਮੈਨੂੰ ਇੱਥੇ ਸਟੂਡੀਓ ਵਿੱਚ ਆਉਣ ਦਾ ਮੌਕਾ ਦਿੱਤਾ। ਥੈਂਕ ਯੂ, ਧੰਨਵਾਦ। ਅਤੇ ਹੁਣ ਮੈਂ ਨਾਲ ਹੀ ਮੈਂ ਰੇਡੀਓ ਹਾਂਜੀ ਦਾ ਵੀ ਧੰਨਵਾਦ ਕਰ ਰਿਹਾ, ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ, ਰੂਬਰੂ ਹੋਣ ਦਾ। ਅਤੇ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਦੱਸ ਰਿਹਾ, ਮੈਂ ਡਿਸਟ੍ਰਿਕਟ ਸੰਗਰੂਰ ਦੇ ਪਿੰਡ ਨੱਥੇੜੀ ਤੋਂ ਬਿਲੋਂਗ ਕਰਦਾ। ਅਤੇ 2006 ਦੇ ਵਿੱਚ ਮੈਂ ਆਸਟ੍ਰੇਲੀਆ ਆਇਆ ਸੀ, ਆਸਟ੍ਰੇਲੀਆ ਨੇ ਮੈਨੂੰ ਬਹੁਤ ਕੁਛ ਦਿੱਤਾ ਅਤੇ ਅੱਜ ਮੈਂ ਆਪਣੇ ਪੈਰਾਂ 'ਤੇ ਖੜਾਂਗਾ। ਅਤੇ ਮੇਰੀ ਸ਼ੁਰੂਆਤ ਵੀ ਆਸਟ੍ਰੇਲੀਆ ਤੋਂ ਹੋਈ ਸੀ ਅਤੇ ਮੈਂ ਰਚਨਾ ਦੀ ਸ਼ੁਰੂਆਤ ਵੀ ਆਸਟ੍ਰੇਲੀਆ ਤੋਂ ਹੀ ਕਰਨਾ ਚਾਹੁੰਦਾ। ਅਤੇ ਪੇਸ਼ ਆ ਜੀ, ਕਹਿੰਦਾ ਥੋੜ ਨਹੀਂ ਨਵਾਣੀ ਜਿੰਦ ਨੂੰ ਅੱਜ ਡਾਲਰਾਂ ਦੀ, ਥੋੜ ਨਹੀਂ ਨਵਾਣੀ ਜਿੰਦ ਨੂੰ ਅੱਜ ਡਾਲਰਾਂ ਦੀ, ਆਸਟ੍ਰੇਲੀਆ ਦੇ ਵਿੱਚ ਪੈਰ ਮੈਂ ਜਮਾਲੇ ਨੇ, ਵੇਖਦਾ ਹੁੰਦਾ ਸੀ ਜਿਹੜਾ ਸਾਰੀ ਸਾਰੀ ਰਾਤ ਜਾਗ, ਵੇਖਦਾ ਹੁੰਦਾ ਸੀ ਜਿਹੜਾ ਸਾਰੀ ਸਾਰੀ ਰਾਤ ਜਾਗ, ਅੱਜ ਉਹ ਤਾਰੇ ਤੋੜ ਝੋਲੀ ਵਿੱਚ ਪਾਲੇ ਨੇ। ਨਿੱਕੇ ਜਿਹੇ ਘਰ ਦੀ ਥਾਂ ਵੱਡੀ ਸਾਰੀ ਕੋਠੀ ਪਾਲੀ, ਨਿੱਕੇ ਜਿਹੇ ਘਰ ਦੀ ਥਾਂ ਵੱਡੀ ਸਾਰੀ ਕੋਠੀ ਪਾਲੀ, ਬਾਪੂ ਦੇ ਵੀ ਸਾਰੇ ਦੁੱਖ ਦਰਦ ਵੰਡਾਲੇ ਨੇ। ਆਖਦੇ ਸੀ ਸਰੀਕ ਧੌਣ ਚੁੱਕਣ ਨਹੀਂ ਦੇਣੀ, ਅੱਜ ਸਰਦਾਰ ਜੀ ਡੈਡੀ ਨੂੰ ਕਹਿਣ ਲਾ ਲੈ ਨੇ। ਬਲਦਾਂ ਦਾ ਹਲ ਮੈਂ ਇੱਕ ਪਾਸੇ ਲਵਾ ਦਿੱਤਾ, ਖੇਤ ਵਿੱਚ ਹੁਣ ਨਵੇਂ ਟਰੈਕਟਰ ਚਲਵਾ ਲਏ ਨੇ। ਬੜਾ ਕੁਝ ਪਾਇਆ ਚਹਿਲ ਸੁਣੀ, ਕੀਤਾ ਜਦੋਂ ਹਿਸਾਬ ਮੈਂ, ਦਿਨ ਬਸ ਜਵਾਨੀ ਵਾਲੇ ਪਰਦੇਸਾਂ ਵਿੱਚ ਗਵਾ ਲਏ ਨੇ। ਕਿਆ ਬਾਤ ਹੈ, ਕਹਿ ਸਕਦੇ ਹਾਂ ਕਿ ਇਹਨਾਂ ਨੂੰ 8-9 ਸਾਲ 10 ਸਾਲ ਇੱਥੇ ਆਇਆਂ ਨੂੰ ਹੋ ਗਏ ਨੇ, ਕਿਉਂਕਿ ਕਵਿਤਾ ਤੋਂ ਪਤਾ ਲੱਗ ਜਾਂਦਾ ਕਿ ਹਾਂ ਵੀ ਬੰਦਾ
ਕਿ ਇਸ ਪੋਜੀਸ਼ਨ 'ਤੇ ਪਹੁੰਚ ਚੁੱਕਾ। ਹੋ ਸਕਦਾ ਇਹੀ ਕਵਿਤਾ ਜਿਹਨਾਂ ਨੇ ਲਿਖਣੀ ਹੁੰਦੀ 2006-07 ਵਿੱਚ, ਅਤੇ ਕਵਿਤਾ ਦਾ ਕੁਛ ਰੁੱਖ ਹੋਰ ਹੋਣਾ ਸੀ, ਰੁੱਖ ਕੁਛ ਹੋਰ ਹੋਣਾ ਸੀ, ਲੇਕਿਨ ਉਹ ਇਹਨਾਂ ਦੀ ਮਿਹਨਤ ਸਦਕਾ ਕਹਿ ਲਈਏ ਸਾਰਾ ਘਰ ਦਾ ਜੋ ਇੱਕ ਪਿਕਚਰ ਜਿਹੜੀ ਚੇਂਜ ਹੋ ਗਈ ਨਾ, ਉਹ ਮੇਰਾ ਲੱਗਦਾ ਸਾਰਿਆਂ ਦੇ ਸੁਪਨੇ ਜਿਹੜੇ ਪੂਰੇ ਹੋਏ ਨੇ, ਉਹਨਾਂ ਨੇ ਬੜੇ ਵਧੀਆ ਲਫਾਜ਼ਾਂ ਤੁਸੀਂ ਕੀਤਿਆ, ਬਹੁਤ ਖੂਬ ਸੋਹਣੀ ਜੀ ਤੁਸੀਂ, ਧੰਨਵਾਦ ਅੱਗੇ। ਅਤੇ ਉਸ ਤੋਂ ਬਾਅਦ ਇਹ ਰਚਨਾ ਮੇਰੀ ਰਿਕਾਰਡ ਹੋਈ ਸੀ 2010 ਦੇ ਵਿੱਚ ਮਨਮੋਹਨ ਸਿੱਧੂ ਦੀ ਆਵਾਜ਼ ਵਿੱਚ, ਅਤੇ ਉਸ ਤੋਂ ਬਾਅਦ ਮੈਂ ਇੱਕ ਸੌਂਗ ਲਿਖਿਆ ਸੀ ਅਤੇ ਜੋ ਹਸਨਵੀਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ 2012 ਦੇ ਵਿੱਚ, ਮੈਂ ਉਹਦੇ ਅਲਫਾਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਅਤੇ ਉਹਦੇ ਅਲਫਾਜ਼ ਸੀ, ਨਾਂ ਸੀ ਉਹਦਾ ਹੰਝੂ, ਕਹਿੰਦਾ ਮੈਂ ਹੰਝੂ ਤੇਰੀਆਂ ਅੱਖੀਆਂ ਦਾ, ਮੈਂ ਹੰਝੂ ਤੇਰੀਆਂ ਅੱਖੀਆਂ ਦਾ, ਤੇਰੀਆਂ ਅੱਖੀਆਂ ਵਿੱਚ ਰਹਿਣਾ ਚਾਹੁੰਦਾ ਹਾਂ, ਨਾ ਅੱਖ ਰੋਵੇ ਨਾ ਮੈਂ ਨਿਕਲਾਂ, ਨਾ ਅੱਖ ਰੋਵੇ ਨਾ ਮੈਂ ਨਿਕਲਾਂ, ਬਸ ਇਹੀਓ ਕਹਿਣਾ ਚਾਹੁੰਦਾ ਹਾਂ, ਮੈਂ ਹੰਝੂ ਤੇਰੀਆਂ ਅੱਖੀਆਂ ਦਾ, ਅੱਖੀਆਂ ਵਿੱਚ ਰਹਿਣਾ ਚਾਹੁੰਦਾ ਹਾਂ, ਕਦੇ ਐਸੀ ਘੜੀ ਨਾ ਆ ਜਾਵੇ ਕਿ ਤੂੰ ਮੇਰੇ ਤੋਂ ਵੱਖ ਹੋ ਜਾਵੇਂ, ਕਦੇ ਐਸੀ ਘੜੀ ਨਾ ਆ ਜਾਵੇ ਕਿ ਤੂੰ ਮੇਰੇ ਤੋਂ ਵੱਖ ਹੋ ਜਾਵੇਂ, ਸਾਡਾ ਇਹ ਪਲ ਵੇਖਣ ਤੋਂ ਪਹਿਲਾਂ ਮੇਰੀ ਜ਼ਿੰਦਗੀ ਬੂਹਾ ਢੋ ਜਾਵੇ, ਤੇਰੇ ਨਾਲ ਬਣੀ ਪਹਿਚਾਣ ਮੇਰੀ, ਦਿਲ ਲੱਗੀਆਂ ਸਹਿਣਾ ਚਾਹੁੰਦਾ ਹਾਂ, ਮੈਂ ਹੰਝੂ ਤੇਰੀਆਂ ਅੱਖੀਆਂ ਦਾ, ਅੱਖੀਆਂ ਵਿੱਚ ਰਹਿਣਾ। ਬਹੁਤ ਵਧੀਆ, ਕਿਆ ਬਾਤ ਹੈ, ਸੋਰੀ ਬਹੁਤ ਅੱਛਾ। ਹਾਂਜੀ ਪਰਮ ਜੀ, ਧੰਨਵਾਦ ਜੀ। ਮੈਂ ਕੁਛ ਨਹੀਂ, ਮੇਰਾ ਦੋ ਲਾਈਨਾਂ ਦੇ ਤੂਰ ਸਾਹਿਬ ਇੱਕ ਸ਼ੇਅਰ ਆ, ਉਹ ਬੋਲਣਾ ਚਾਹੁੰਦਾ ਹੈਗਾ। ਆਉਂਦੇ ਹੋ ਜੀ? ਆਉਂਦੇ। ਹਾਂਜੀ। ਕਦੀ ਚੰਦ ਨਾਲ ਸ਼ਰਤਾਂ ਲਾਉਂਦਾ ਸੀ, ਓਏ ਹੋਏ, ਮੈਂ ਹੋ ਸਕਦਾ ਸ਼ਾਇਦ ਇਹ ਕਿਸੇ ਨੂੰ ਜੇ ਮੱਸਿਆ ਅਤੇ ਪੁੰਨਿਆਂ ਦਾ ਫਰਕ ਨਾ ਸਮਝ ਹੋਵੇ ਤਾਂ ਸ਼ਾਇਦ ਮੇਰਾ ਸ਼ੇਅਰ ਨਾ ਵੀ ਸਮਝ ਲੱਗੇ ਕਿਸੇ ਨੂੰ। ਕਦੀ ਚੰਦ ਨਾਲ ਸ਼ਰਤਾਂ ਲਾਉਂਦਾ ਸੀ, ਮੇਰਾ ਯਾਰ ਤੇਰੇ ਤੋਂ ਵੱਧ ਸੋਹਣਾ, ਹੁਣ ਉਸੇ ਚੰਦ ਦਾ ਇੰਤਜ਼ਾਰ ਪਰਮ ਮੱਸਿਆ ਨੂੰ ਵੀ ਕਰਦਾ ਹੈ। ਵਾਹ ਵਾਹ, ਕਿਆ ਬਾਤ ਹੈ ਪਰਮ ਜੀ, ਇੱਕ ਵਾਰੀ ਫਿਰ ਲਾਸਟ ਲਿਆ। ਕਦੀ ਚੰਦ ਨਾਲ ਸ਼ਰਤਾਂ ਲਾਉਂਦਾ ਸੀ, ਮੇਰਾ ਯਾਰ ਤੇਰੇ ਤੋਂ ਵੱਧ ਸੋਹਣਾ, ਹੁਣ ਉਸੇ ਚੰਦ ਦਾ ਇੰਤਜ਼ਾਰ ਪਰਮ ਮੱਸਿਆ ਨੂੰ ਵੀ ਕਰਦਾ ਹੈ। ਮਿਹਰਬਾਨੀ ਤੁਸੀਂ ਸਾਹਿਬ। ਵਾਹ ਪਰਮ ਜੀ, ਮੈਂ ਨਾ, ਵਾਹ ਜੀ ਵਾਹ ਪਰਮ ਜੀ, ਬਹੁਤ ਖੂਬ। ਸਰੋਤਿਓ, ਤੁਹਾਡੇ ਅੱਗੇ ਗੁਜ਼ਾਰਿਸ਼ ਹੈ, ਅਗਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਜੋ ਵੀ ਤੁਹਾਡੀ ਲਿਖਤਾਂ ਤੁਹਾਡੇ ਕੋਲ ਸਾਂਭੀਆਂ ਪਈਆਂ ਨੇ, ਆਓ ਸਾਡੇ ਵਿਹੜੇ, ਸਾਡੇ ਸਰੋਤਿਆਂ ਨਾਲ ਸ਼ੇਅਰ ਕਰੋ। ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ? ਕਰਨਾ ਕੁਛ ਨਹੀਂ, ਬਹੁਤ ਆਸਾਨ ਜਿਹਾ ਤਰੀਕਾ ਆ, ਰੇਡੀਓ ਹਾਂਜੀ ਦੇ ਫੇਸਬੁੱਕ ਪੇਜ 'ਤੇ ਜਾ ਕੇ ਸਾਨੂੰ ਮੈਸੇਜ ਕਰੋ, ਆਪਣੀ ਡਿਟੇਲ ਸਾਨੂੰ ਦਿਓ, ਅਸੀਂ ਤੁਹਾਨੂੰ ਖੁਦ ਕੰਟੈਕਟ ਕਰਾਂਗੇ ਔਰ ਤੁਹਾਨੂੰ ਸੱਦਾ ਦਿਆਂਗੇ ਸਾਡੇ ਵਿਹੜੇ 'ਚ, ਔਰ ਆ ਕੇ ਤੁਸੀਂ ਆਪਣੀਆਂ ਸਾਰੀ ਕਵਿਤਾਵਾਂ ਰਚਨਾਵਾਂ ਸਾਡੇ ਸਰੋਤਿਆਂ ਨਾਲ ਸ਼ੇਅਰ ਕਰ ਸਕਦੇ ਹੋ। ਨਾਲ ਦੀ ਨਾਲ ਹੀ ਤੁਸੀਂ ਈਮੇਲ ਕਰ ਸਕਦੇ ਹੋ info@hanji.com.au ਤੇ। ਹਾਂਜੀ ਤੁਸੀਂ ਸਾਹਿਬ, ਆਪਾਂ ਆਪਣਾ ਰੁੱਖ ਫੇਰ ਆਪਣੇ ਮਹਿਮਾਨ ਕਵੀਆਂ ਵੱਲ ਕਰਦੇ ਹਾਂ, ਦੇਖਦੇ ਹਾਂ ਕਿ ਉਹ ਹੋਰ ਕੀ ਸਾਡੇ ਲਈ ਪੇਸ਼ ਕਰਨ ਜਾ ਰਹੇ ਨੇ। ਹਾਂਜੀ ਬੀਪੀ ਰੰਗੀ ਸਾਹਿਬ। ਹਾਂਜੀ ਜਨਾਬ, ਕੀ ਲੈ ਕੇ ਰਹੇ ਅਗਲਾ ਸਾਡੇ ਲਈ ਨਜ਼ਮ? ਹੈ ਅਗਲਾ ਰੰਗ ਜੀ, ਸ਼ਾਇਰੀ ਦਾ ਇਸ਼ਕ। ਸ਼ਾਇਰੀ ਦਾ ਇਸ਼ਕ, ਇਹ ਵੀ ਇੱਕ ਆਪਣਾ ਹਿੱਸਾ ਨਾ ਜ਼ਰੂਰੀ ਆ ਇਸ ਚੀਜ਼। ਜੇ ਤੂੰ ਕਹਿੰਦੀ ਹੈ ਨਾ ਕਿ ਮੈਂ ਕਿੱਥੋਂ ਤੱਕ ਨਿਭੂ, ਤਾਂ ਮੈਂ ਤੇਰੇ ਇੱਕ ਬੋਲ ਤੇ ਇੱਕ ਉਮਰ ਤਬਾਹ ਕਰੂੰ। ਜੇ ਮੇਰੇ ਵਿੱਚ ਐਬ ਨੇ ਤਾਂ ਜਾ, ਤੂੰ ਕੋਈ ਖੁਦਾ ਲੱਭ ਲੈ, ਮੇਰੀ ਇਨਸਾਨੀ ਫਿਤਰਤ ਤਾਂ ਮੁੜ ਮੁੜ ਗੁਨਾਹ ਕਰੂ। ਮੈਨੂੰ ਲਿਖ ਕੇ ਦੇ ਜਾ ਕਿ ਤੂੰ ਮੈਨੂੰ ਕਿਹੜੀ ਚੀਜ਼ ਲਈ ਛੱਡਿਆ, ਮੈਂ ਉਹ ਸਭ ਖਰੀਦੂ ਤੇ ਤੇਰੇ ਸਾਹਮਣੇ ਸਵਾ ਕਰੂ। ਮੈਂ ਆਸ਼ਿਕ ਹਾਂ ਤੇ ਹਾਂ ਮੈਂ ਕੁਝ ਪਾਗਲ ਵੀ, ਹਾਂ ਮੈਂ ਆਸ਼ਿਕ ਹਾਂ ਤੇ ਹਾਂ ਮੈਂ ਕੁਝ ਪਾਗਲ ਵੀ, ਮੈਂ ਖੁਦ ਹੀ ਨਹੀਂ ਚਾਹੁੰਦਾ ਕਿ ਠੀਕ ਹੋਵਾਂ, ਫਿਰ ਰੰਗੀ ਕੀ ਕੋਈ ਦੁਆ ਕਰੂ। ਹਾਂਜੀ ਜੀ, ਬਹੁਤ ਖੂਬ ਜੀ, ਵਾਹ ਵੀ ਬਹੁਤ, ਵਾਹ ਕਮਾਲ ਆ ਜੀ। ਹਾਂਜੀ ਅੱਗੇ ਆ ਕੈਵੀ ਸੰਧੂ ਸਾਹਿਬ। ਮੈਂ ਆਪਣਾ ਅੱਗੇ ਪੇਸ਼ ਕਰ ਰਿਹਾ, ਮੈਂ ਬਾਪੂ ਲਈ ਕੁਛ ਲਾਈਨਾਂ ਲਿਖੀਆਂ ਨੇ। ਹਾਂਜੀ, ਕਿਉਂਕਿ ਬਾਪੂ ਲਈ ਸਭ ਤੋਂ ਜ਼ਿਆਦਾ ਸਟਰਗਲ ਸਾਨੂੰ ਕਾਮਯਾਬ ਕਰਨ ਲਈ ਬਾਪੂ ਹੀ ਕਰਦਾ, ਅਤੇ ਉਹਨੂੰ ਉਹਦੇ ਲਈ ਆਪਾਂ ਪੇਸ਼ ਕਰ ਰਹੇ ਹਾਂ ਜੀ। ਬੜਾ ਔਖਾ ਹੋ ਕੇ ਬਾਪੂ ਤੂੰ ਮੈਨੂੰ ਬਾਹਰ ਭੇਜਿਆ ਸੀ, ਚੁੱਕੀ ਪੰਡ ਕਰਜ਼ੇ ਦੀ ਭਾਰੀ ਪਰ ਇੱਕ ਸੁਪਨਾ ਦੇਖਿਆ ਸੀ। ਬੜਾ ਔਖਾ ਹੋ ਕੇ ਬਾਪੂ ਤੂੰ ਮੈਨੂੰ ਬਾਹਰ ਭੇਜਿਆ ਸੀ, ਚੁੱਕੀ ਪੰਡ ਕਰਜ਼ੇ ਦੀ ਭਾਰੀ ਪਰ ਇੱਕ ਸੁਪਨਾ ਵੇਖਿਆ ਸੀ। ਹੁਣ ਰਹੂ ਨਾ ਕੋਈ ਥੋੜ ਤੈਨੂੰ ਬੜਾ ਔਖਾ ਹੋ ਲਿਆ ਏ, ਨਾ ਬਾਪੂ ਚਿੱਤ ਡਲਾਵੀ ਪੁੱਤ ਤੇਰਾ ਪੱਕਾ ਹੋ ਗਿਆ, ਨਾ ਬਾਪੂ ਚਿੱਤ ਡਲਾਵੀ ਪੁੱਤ ਤੇਰਾ ਪੱਕਾ ਹੋ ਗਿਆ। ਕਰਦੇ ਨੇ ਹਿਸਾਬ ਹੁਣ ਸਾਰੇ ਸ਼ਾਹਾਂ ਦੇ, ਹੋਣ ਨਾ ਦੇਣੇ ਕਤਲ ਹੋਰ ਹੁਣ ਤੇਰੇ ਚਾਵਾਂ ਦੇ। ਕਰਦੇ ਨੇ ਹਿਸਾਬ ਹੁਣ ਸਾਰੇ ਸ਼ਾਹਾਂ ਦੇ, ਹੋਣ ਨਾ ਦੇਣੇ ਕਤਲ ਹੋਰ ਹੁਣ ਤੇਰੇ ਚਾਵਾਂ ਦੇ। ਲੰਘ ਗਈ ਕਾਲੀ ਰਾਤ ਤੇ ਹੁਣ ਸਵੇਰਾ ਹੋ ਗਿਆ ਏ,
ਨਾ ਬਾਪੂ ਚਿੱਤ ਡਲਾਵੀ ਪੁੱਤ ਤੇਰਾ ਪੱਕਾ ਹੋ ਗਿਆ। ਤੇਰੀ ਤੁਰਲੇ ਵਾਲੀ ਪੱਗ ਦੀ ਟੌਰ ਤਾਂ ਸਦਾ ਹੀ ਰਹਿਣੀ ਹੈ, ਤੂੰ ਹਿੱਕ ਤਾਣ ਕੇ ਤੁਰੀ ਕੋਈ ਗੱਲ ਕਿਸੇ ਨਾ ਕਹਿਣੀ ਹੈ। ਤੇਰੀ ਤੁਰਲੇ ਵਾਲੀ ਪੱਗ ਦੀ ਟੌਰ ਤਾਂ ਸਦਾ ਹੀ ਰਹਿਣੀ ਹੈ, ਤੂੰ ਹਿੱਕ ਤਾਣ ਕੇ ਤੁਰੀ ਕੋਈ ਗੱਲ ਕਿਸੇ ਨਾ ਕਹਿਣੀ ਹੈ। ਹੁਣ ਫੋੜ ਦਾ ਮਾਰਲੀ ਸਲਫ ਜਿਹੜਾ ਹੁਣ ਆਪਣਾ ਹੋ ਗਿਆ ਏ, ਨਾ ਬਾਪੂ ਚਿੱਤ ਡਲਾਵੀ ਪੁੱਤ ਤੇਰਾ ਪੱਕਾ ਹੋ ਗਿਆ। ਬਹੁਤ ਵਧੀਆ। ਹੁਣ ਮੋਢੇ ਕਹੀ ਨਾ ਕੱਛ ਵਿੱਚ ਪੱਲੀ, ਨਾ ਦਾਤੀ ਫੜਨੀ ਹੈ, ਨਾ ਸਪਰੇ ਵਾਲੀ ਵੀ ਟੈਂਕੀ ਹੁਣ ਕੰਡ ਪਿੱਛੇ ਧਰਨੀ ਹੈ। ਹੁਣ ਮੋਢੇ ਕਹੀ ਨਾ ਕੱਛ ਵਿੱਚ ਪੱਲੀ, ਨਾ ਦਾਤੀ ਫੜਨੀ ਹੈ, ਨਾ ਸਪਰੇ ਵਾਲੀ ਵੀ ਟੈਂਕੀ ਹੁਣ ਕੰਡ ਪਿੱਛੇ ਧਰਨੀ ਹੈ। ਤੂੰ ਬਹੁਤ ਕਰ ਲਿਆ ਬਾਪੂ ਹੁਣ ਬਸ ਬੜਾ ਹੀ ਹੋ ਗਿਆ ਏ, ਨਾ ਬਾਪੂ ਚਿੱਤ ਡਲਾਵੀ ਪੁੱਤ ਤੇਰਾ ਪੱਕਾ ਹੋ ਗਿਆ। ਤੇਰੀ ਮਿਹਨਤ ਨਾਲ ਤਾਂ ਕੈਵੀ ਅੱਜ ਹੁਣ ਇੱਥੇ ਬੈਠਾ ਏ, ਜੇ ਹੁਣ ਵੀ ਮੁੱਲ ਨਾ ਤਾਰਿਆ ਦੇਣਾ ਫਿਰ ਕਿੱਥੇ ਲੇਖਾ ਏ। ਤੇਰੀ ਮਿਹਨਤ ਨਾਲ ਤਾਂ ਕੈਵੀ ਅੱਜ ਹੁਣ ਇੱਥੇ ਬੈਠਾ ਏ, ਜੇ ਹੁਣ ਵੀ ਮੁੱਲ ਨਾ ਤਾਰਿਆ ਦੇਣਾ ਫਿਰ ਕਿੱਥੇ ਲੇਖਾ ਏ। ਸੰਧੂ ਲਈ ਤਾਂ ਬਾਪੂ ਰੱਬ ਤੋਂ ਵੱਧ ਹੋ ਗਿਆ ਏ, ਨਾ ਬਾਪੂ ਚਿੱਤ ਡਲਾਵੀ ਪੁੱਤ ਤੇਰਾ ਪੱਕਾ ਹੋ ਗਿਆ। ਨਾ ਬਾਪੂ ਚਿੱਤ ਡਲਾਵੀ ਪੁੱਤ ਤੇਰਾ ਪੱਕਾ ਹੋ ਗਿਆ। ਵਾਕਈ ਸੰਧੂ ਸਾਹਿਬ ਆਪਣੇ ਬਾਪੂ ਜੀ ਹੁਣਾਂ ਨੂੰ ਵੀ ਕਵਿਤਾ ਸੁਣਾਈ, ਉਹਨਾਂ ਨੇ ਪੇਸ਼ੇ ਖਿਦਮਤ ਕੀਤੀ ਕਿ ਨਹੀਂ? ਹਾਂਜੀ ਹਾਂਜੀ ਹਾਂਜੀ, ਪਿਛਲੀ ਵਾਰ ਜਦੋਂ ਗਏ ਸੀ ਉੱਥੇ ਸੁਣਾਈ ਸੀ ਉਹਨਾਂ ਨੂੰ। ਵਾਕਈ ਬੜਾ ਪ੍ਰਾਊਡ ਫੀਲ ਕਰ ਰਹੇ ਹੋਣਗੇ ਉਹਨਾਂ ਦੀ ਕਵਿਤਾ ਸੁਣ ਕੇ ਵੀ, ਤੇ ਉਹਨਾਂ ਦੇ ਸਪੁੱਤਰ ਦੇ ਭਾਵ ਸੁਣ ਕੇ ਵੀ, ਹੈ ਨਾ ਜੀ? ਮਾਂ ਨਾਲ ਤਾਂ ਸਾਡਾ ਸਾਰਿਆਂ ਦਾ ਪਿਆਰ ਮਤਲਬ ਸਭ ਤੋਂ ਵੱਧ ਹੁੰਦਾ, ਪਰ ਬਾਪੂ ਵੀ ਸਾਡੀ ਲਾਈਫ ਦੇ ਵਿੱਚ ਜਿਹਨੇ ਬਹੁਤ ਜ਼ਿਆਦਾ ਸਟਰਗਲ ਕੀਤੀ ਹੁੰਦੀ, ਇੱਥੇ ਤੱਕ ਪਹੁੰਚਾਇਆ ਹੁੰਦਾ, ਕਈ ਵਾਰੀ ਉਹ ਚੀਜ਼ਾਂ ਫਿਰ ਆਪਣੇ ਦਿਲ ਚੋਂ ਨਿਕਲਦੀਆਂ ਕਿ ਉਹਨਾਂ ਦੇ ਸਤਿਕਾਰ ਲਈ ਜਾਂ ਉਹਨਾਂ ਲਈ ਵੀ ਕੁਛ ਪੇਸ਼ ਕਰੀਏ। ਬਾਕੀ ਬਾਪੂ ਦਾ ਸੰਘਰਸ਼ ਆਪਾਂ ਕਦੀ ਵੀ ਅਣਗੌਲਿਆ ਨਹੀਂ ਕਰ ਸਕਦੇ, ਇੱਥੋਂ ਤੱਕ ਪਹੁੰਚਾਉਣ 'ਚ ਜੋ ਉਹਨਾਂ ਨੇ ਸੰਘਰਸ਼ ਕੀਤਾ, ਸ਼ਾਇਦ ਆਪਾਂ ਹੁਣ ਤੱਕ ਵੀ ਆਪਾਂ ਸੰਘਰਸ਼ ਨਹੀਂ ਉਹਨਾਂ ਕਰ ਸਕੇ। ਹਾਂਜੀ, ਆਪਾਂ ਰੁੱਖ ਕਰਦੇ ਹਾਂ ਆਪਣੇ ਤੀਜੇ ਮਹਿਮਾਨ ਕਵੀ ਵੱਲ, ਸੋਨੀ ਚਾਲ ਸਾਹਿਬ। ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਮੈਂ ਪਹਿਲਾਂ ਕਬੱਡੀ ਨਾਲ ਵੀ ਟੱਚ ਰਿਹਾ ਅਤੇ ਹੁਣ ਵੀ ਸਿੰਘ ਸਭਾ ਕਲੱਬ ਨਾਲ ਜੁੜਿਆ ਹੋਇਆ ਇੱਥੇ ਵੀ, ਅਤੇ ਇੱਕ ਮੈਂ ਕਵਿਤਾ ਸ਼ੇਅਰ ਲਿਖਿਆ ਸੀ। ਇਹ ਹੁਣ ਸ਼ਬਦਾਂ ਨਾਲ ਕਬੱਡੀ ਕਰਦੇ ਹਾਂ। ਹਾਂਜੀ, ਅਤੇ ਮੈਂ ਇੱਕ ਸ਼ੇਅਰ ਲਿਖਿਆ ਸੀ, ਕਹਿੰਦੇ ਜਦੋਂ ਆਸਟ੍ਰੇਲੀਆ ਆ ਕੇ ਨਾ ਜਿਹੜੀਆਂ ਚੀਜ਼ਾਂ ਆਪਾਂ ਮਿਸ ਕਰਦੇ ਹਾਂ ਇੰਡੀਆ ਤੋਂ, ਉਹਦੇ ਬਾਰੇ ਕੁਛ ਲਿਖਿਆ ਅਤੇ ਮੈਂ ਸੁਣ ਅਰਜ਼ ਕਰਦਾ। ਅਤੇ ਕਹਿੰਦਾ ਆਸਟ੍ਰੇਲੀਆ ਤੋਂ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ, ਵਿੱਚ ਪ੍ਰਦੇਸਾਂ ਬੈਠਾ ਨਾ ਆਪਣਾ ਦੇਸ਼ ਭੁਲਾਉਂਦਾ ਹਾਂ, ਭੁੱਲਦਾ ਨਹੀਂ ਮੈਂ ਮਮਤਾ ਵਾਲੇ ਵਾਲਿਆਂ ਹੱਥਾਂ ਨੂੰ, ਨਾ ਵੋਟ ਦੀਆਂ ਸਾਵਾਂ ਨਾ ਉਹ ਬਾਬਿਆਂ ਦੀਆਂ ਸੱਥਾਂ ਨੂੰ, ਨਾ ਮੈਂ ਨਾ ਮੱਕੀ ਦੀ ਰੋਟੀ ਨਾ ਸਰੋਂ ਦਾ ਸਾਗ ਭੁਲਾਵਾਂ ਮੈਂ, ਨਾ ਮੱਕੀ ਦੀ ਰੋਟੀ ਨਾ ਸਰੋਂ ਦਾ ਸਾਗ ਭੁਲਾਵਾਂ ਮੈਂ, ਨਾ ਮੈਂ ਘਰ ਦੀ ਕੱਢੀ ਉਹ ਪਿਓਰ ਸ਼ਰਾਬ ਭੁਲਾਵਾਂ ਮੈਂ, ਡਾਲਰਾਂ ਦੇ ਢੇਰ ਲਾ ਲਏ ਇੱਥੇ ਕਰ ਕਮਾਈਆਂ ਮੈਂ, ਡਾਲਰਾਂ ਦੇ ਢੇਰ ਲਾ ਲਏ ਇੱਥੇ ਕਰ ਕਮਾਈਆਂ ਮੈਂ, ਪਰ ਨੱਥੋ ਹੇੜੀ ਪਿੰਡ ਦੀਆਂ ਨਾ ਅਜੇ ਗਲੀਆਂ ਭੁਲਾਈਆਂ ਮੈਂ, ਜਿੱਥੇ ਮਰਜ਼ੀ ਰਹਿ ਲਓ ਜਿੱਥੇ ਮਰਜ਼ੀ ਰਹਿ ਲਓ, ਆਪਣੀ ਜੜਨੀ ਛੱਡੀ ਦੀ ਸੋਨੀ ਚਹਿਲ ਅੱਜ ਵੀ ਯਾਦ ਆਉਂਦੀ ਮੈਨੂੰ, ਅੱਜ ਵੀ ਯਾਦ ਆਉਂਦੀ ਕਬੱਡੀ ਦੀ। ਤੁਹਾਨੂੰ ਯਾਦ ਕਰਨ ਦੀ ਲੋੜ ਨੀ, ਤੁਸੀਂ ਜਿੱਦਾਂ ਦੱਸਿਆ ਕਿ ਤੁਸੀਂ ਤਾਂ ਇੱਥੇ ਵੀ ਕਬੱਡੀ ਨਾਲ ਤੁਹਾਡਾ ਓਨਾ ਹੀ ਮੋਹ ਹੈ ਜਿੰਨਾ ਇੰਡੀਆ ਪੰਜਾਬ ਵਿੱਚ ਸੀਗਾ। ਨਹੀਂ, ਪਰ ਪਹਿਲਾਂ ਖੇਡਦੇ ਹੁੰਦੇ ਸੀ, ਪਰ ਹੁਣ ਕਿਸੇ ਮਜਬੂਰੀਆਂ ਕਾਰਨ ਵੀ ਨਹੀਂ ਖੇਡ ਸਕਦੇ, ਪਰ ਜਾਂਦੀ ਕਿ ਇੱਥੇ ਆ ਕੇ ਮੇਰਾ ਭਰਾ ਹੈਗਾ, ਮੈਂ ਉਹਨੂੰ ਕਲੱਬ ਜੁਆਇਨ ਕਰਾਇਆ ਉਰੇ ਆਉਂਦੇ ਨੂੰ, ਅਤੇ ਉਹ ਅੱਜ ਕਬੱਡੀ ਖੇਡਦਾ ਸਿੰਘ ਸਭਾ ਕਲੱਬ। ਬਹੁਤ ਅੱਛੀ, ਬਹੁਤ ਇਸੇ ਤਰ੍ਹਾਂ ਆਪਣੀ ਮਾਂ ਖੇਡ ਨਾਲ ਵੀ ਤੁਹਾਡਾ ਪਿਆਰ ਬਣਿਆ ਰਹੇ। ਹਾਂਜੀ, ਅਗਲੀ ਗੱਲ ਹੈ ਜੀ, ਐਵੇਂ ਨਾ ਸਿਰ ਚੜ੍ਹ ਕੇ ਮਰ, ਮਰਨਾ ਹੀ ਹੈ ਤਾਂ ਕੁਝ ਕਰਕੇ ਮਰ, ਕਿਉਂ ਪੂਰਸ ਵਾਂਗੂ ਸਮਝੌਤੇ ਕਰਦਾ ਹੈ ਸਿਕੰਦਰ ਵਣ ਤਲਵਾਰ ਨੂੰ ਫੜ, ਅੱਡੀਆਂ ਚੁੱਕਿਆ ਕੱਦ ਨਹੀਂ ਵੱਧਦੇ, ਹਾਂ ਅੱਡੀਆਂ ਚੁੱਕਿਆ ਕੱਦ ਨਹੀਂ ਵੱਧਦੇ, ਜੇ ਉੱਚਾ ਕਰਨਾ ਤਾਂ ਕਿਰਦਾਰ ਨੂੰ ਕਰ। ਵਿਸ਼ਨੂੰ ਗੁਪਤ ਦੇ ਬਾਰੇ ਪੜ, ਇਹ ਵਿਸ਼ਨੂੰ ਗੁਪਤ ਜੀ ਚਾਣਕਿਆ ਦੂਜਾ ਦਾ ਸੀ, ਠੀਕ ਹੈ ਜੀ। ਇੱਕ ਜ਼ਿੱਦੀ ਬੰਦਾ ਕੀ ਕਰ ਸਕਦਾ ਹੈ, ਕਦੇ ਵਿਸ਼ਨੂੰ ਗੁਪਤ ਦੇ ਬਾਰੇ ਪੜ, ਹੋਰ ਕਿੰਨਾ ਲੁੱਟਣਾ ਹੋਰ ਕਿੰਨੀ ਭੁੱਖ ਹੈ, ਕੋਈ ਪੈਮਾਨਾ ਤੈ ਤਾਂ ਕਰ, ਲਹਿਜਾ ਦੱਸਦਾ ਕਿ ਉਹ ਭੁੱਲ ਗਿਆ ਤੈਨੂੰ, ਰੰਗੀ ਤੂੰ ਵੀ ਨਾ ਚੇਤੇ ਕਰੇ ਆਕਰ, ਐਵੇਂ ਨਾ ਸਿਰ ਚੜ੍ਹ ਕੇ ਮਰ।
ਬਹੁਤ ਡੂੰਘਾਈ ਵਾਲੀਆਂ ਗੱਲਾਂ ਕਵਿਤਾ ਰਾਹੀਂ ਪੇਸ਼ ਕੀਤੀਆਂ, ਸ਼ੁਕਰੀਆ। ਹਾਂਜੀ, ਤੇ ਆਪਾਂ ਚਾਹ ਸਾਹਿਬ ਤੋਂ ਫਿਰ ਰੁੱਖ ਕਰਦੇ ਹਾਂ ਕਿ ਹਾਂਜੀ ਹੋਰ ਕੀ ਗਾਣਾ ਲੈ ਕੇ ਆਏ ਸਾਡੇ ਲਈ। ਮੈਂ ਜੀ ਇੱਕ ਗਾਣਾ ਲਿਖਿਆ ਸੀ 2008 ਦੇ ਵਿੱਚ, ਤੇ ਕਹਿੰਦੇ ਹੁੰਦੇ ਆ ਨਾ ਜਦੋਂ ਕਿਸੇ ਦੇ ਬੰਦੇ ਦੇ ਉੱਤੇ ਵਿਸ਼ਵਾਸ ਹੋਵੇ, ਜਦੋਂ ਵਿਸ਼ਵਾਸ ਟੁੱਟਦਾ ਤਾਂ ਬੰਦਾ ਕੀ ਫੀਲ ਕਰਦਾ ਹੈਗਾ। ਕਹਿੰਦਾ ਉੱਚੀਆਂ ਸੁੱਚੀਆਂ ਸੋਚਾਂ ਵਾਲੇ, ਉੱਚੀਆਂ ਸੁੱਚੀਆਂ ਸੋਚਾਂ ਵਾਲੇ ਨਿਕਲ ਗਏ ਨੇ ਦਿਲ ਦੇ ਕਾਲੇ, ਬਸ ਪਿਆਰ ਹੀ ਸਭ ਕੁਝ ਕਹਿੰਦੇ ਸੀ, ਬਸ ਪਿਆਰ ਹੀ ਸਭ ਕੁਝ ਕਹਿੰਦੇ ਸੀ, ਦੌਲਤ ਦੇ ਮੋਹ ਵਿੱਚ ਭਿੱਜ ਗਏ ਨੇ, ਕੀ ਦੱਸੀਏ ਰੱਬ ਜੋ ਲੱਗਦੇ ਸੀ ਅੱਜ ਉਹ ਕਿੰਨਾ ਹੇਠਾਂ ਡਿੱਗ ਗਏ ਨੇ, ਕੀ ਦੱਸੀਏ ਰੱਬ ਜੋ ਲੱਗਦੇ ਸੀ ਅੱਜ ਕਿੰਨਾ ਹੇਠਾਂ ਡਿੱਗ ਗਏ ਨੇ, ਖੁਦ ਲੋਭੀ ਲੋਭੀ ਨੇ ਉਹ ਜਿਸਮਾਂ ਦੇ, ਖੁਦ ਲੋਭੀ ਨੇ ਉਹ ਜਿਸਮਾਂ ਦੇ, ਸਾਨੂੰ ਰੂਹ ਦਾ ਪਾਠ ਪੜਾਉਂਦੇ ਸੀ, ਉਹਨਾਂ ਲਈ ਇਸ਼ਕ ਤਮਾਸਾ ਹੈ, ਉਹਨਾਂ ਲਈ ਇਸ਼ਕ ਤਮਾਸਾ ਹੈ, ਸਾਨੂੰ ਰੱਬ ਹੈ ਇਸ਼ਕ ਸਿਖਾਉਂਦੇ ਸੀ, ਤੂੰ ਵੈਸ਼ਨੂੰ ਬਣ ਜਾ ਕਹਿੰਦੇ ਸੀ, ਤੂੰ ਵੈਸ਼ਨੂੰ ਬਣ ਜਾ ਕਹਿੰਦੇ ਸੀ, ਖੁਦ ਦਿਲ ਦੇ ਮਾਸ ਨੂੰ ਗਿੱਜ ਗਏ ਨੇ, ਕੀ ਦੱਸੀਏ ਰੱਬ ਜੋ ਲੱਗਦੇ ਸੀ ਅੱਜ ਉਹ ਕਿੰਨਾ ਹੇਠਾਂ ਡਿੱਗ ਗਏ। ਅੱਜ ਤੱਕ ਉਹ ਭੇਸ ਲੈ ਸੱਜਣਾ ਦਾ, ਅੱਜ ਤੱਕ ਉਹ ਭੇਸ ਲੈ ਸੱਜਣਾ ਦਾ, ਸਾਡੇ ਦਿਲ ਵਿੱਚ ਬੈਰੀ ਰਹਿੰਦੇ ਸੀ, ਸਾਥੋਂ ਫੁੱਲ ਸਮਝ ਕੇ ਕੀ ਕਰੀਏ, ਸਾਥੋਂ ਫੁੱਲ ਸਮਝ ਕੇ ਕੀ ਕਰੀਏ, ਹੱਥਾਂ ਨਾਲ ਕੰਡੇ ਬੀਜੇ ਗਏ, ਕੀ ਦੱਸੀਏ ਰੱਬ ਜੋ ਸਾਨੂੰ ਲੱਗਦੇ ਸੀ ਉਹ ਕਿੰਨਾ ਹੇਠਾਂ ਡਿੱਗ ਗਏ ਨੇ, ਅਸੀਂ ਆਪਣਾ ਸਮਝ ਬਗਾਨਿਆਂ ਨੂੰ ਖੁਦ ਨਾਲ ਹੀ ਧੋਖਾ ਕਰਦੇ ਗਏ, ਅਸੀਂ ਆਪਣਾ ਸਮਝ ਬਗਾਨਿਆਂ ਨੂੰ ਖੁਦ ਨਾਲ ਹੀ ਧੋਖਾ ਕਰਦੇ ਗਏ, ਅੱਜ ਪਤਾ ਲੱਗ ਗਿਆ ਰੱਬ ਮੰਨ ਕੇ ਇਹ ਠੱਗ ਦੀ ਪੂਜਾ ਕਰਦੇ ਰਹੇ, ਅੱਜ ਪਤਾ ਲੱਗ ਗਿਆ ਰੱਬ ਮੰਨ ਕੇ ਇੱਕ ਠੱਗ ਦੀ ਪੂਜਾ ਕਰਦੇ ਰਹੇ, ਜੋ ਚਹਿਲ ਸੁਣੀ ਸੀ ਉਹਨਾਂ ਤੇ ਉਸ ਮਾਨ ਨੂੰ ਪੈਰੀ ਮਿੱਧ ਗਏ ਨੇ, ਕੀ ਦੱਸੀਏ ਰੱਬ ਜੋ ਲੱਗਦੇ ਸੀ ਅੱਜ ਉਹ ਕਿੰਨਾ ਹੇਠਾਂ ਡਿੱਗ ਗਿਆ। ਬਹੁਤ ਅੱਛੇ ਪੇਸ਼ ਕੀਤਾ ਵਾਕਿਆ ਕਿ ਸਾਨੂੰ ਵੈਸ਼ਨੂੰ ਬਣਾ ਕੇ ਤੇ ਆਪ ਦਿਲ ਦੇ ਮਾਸ ਤੇ ਗਏ ਜੀ। ਕਹਿੰਦੇ ਹੁੰਦੇ ਆ ਜਾਂ ਤਾਂ ਹੱਡ ਬੀਤੀ ਬੰਦਾ ਲਿਖਦਾ ਜਾਂ ਆਪ ਬੀਤੀ, ਇਹ ਹੱਡ ਬੀਤੀਆਂ ਲਿਖੀਆਂ ਹੋਈਆਂ, ਜੋ ਜੋ ਬੀਤੀਆਂ ਮੈਂ ਉਹੀ ਕੁਛ ਲਿਖਿਆ। ਬਹੁਤ ਅੱਛੇ, ਥੋੜਾ ਜਿਹਾ ਹੁਣ ਸੈਡ ਮੋਡ ਤੇ ਲੈ ਗਏ ਤੇ ਮੈਂ ਵੀ ਤੂਰ ਸਾਹਿਬ ਇੱਕ ਸੈਡ ਸ਼ੇਅਰ। ਗਮਾਂ ਨਾਲ ਰਹੀ ਸਾਡੀ ਮੁੱਢ ਤੋਂ ਹੀ ਸਾਂਝ, ਗਮਾਂ ਨਾਲ ਰਹੀ ਸਾਡੀ ਮੁੱਢ ਤੋਂ ਹੀ ਸਾਂਝ, ਇਸੇ ਲਈ ਦਬਾ ਕੇ ਸਾਰੇ ਚਾਅ ਰੱਖੀ ਬੈਠੇ ਹਾਂ, ਹੱਥਾਂ ਦੀਆਂ ਤਲੀਆਂ ਤੇ ਦਿਲ ਦੇ ਅੰਗਾਰਿਆਂ ਦੀ ਕੋਲੇ ਵਾਂਗੂ ਭਖ ਦੀ ਸਵਾਹ ਰੱਖੀ ਬੈਠੇ ਹਾਂ। ਗਮਾਂ ਨਾਲ ਰਹੀ ਸਾਡੀ ਮੁੱਢ ਤੋਂ ਹੀ ਸਾਂਝ, ਇਸੇ ਲਈ ਦਬਾ ਕੇ ਸਾਰੇ ਚਾਅ ਰੱਖੀ ਬੈਠੇ ਹਾਂ, ਹੱਥਾਂ ਦੀਆਂ ਤਲੀਆਂ ਤੇ ਦਿਲ ਦੇ ਅੰਗਾਰਿਆਂ ਦੀ ਕੋਲੇ ਵਾਂਗੂ ਭਖ ਦੀ ਸਵਾਹ ਰੱਖੀ ਬੈਠੇ ਹਾਂ, ਭੁੱਲੇ ਹੀ ਭੁਲੇਖੇ ਪੈਣ ਖੁਸ਼ੀਆਂ ਦੇ ਪੈਰ ਵਿਹੜੇ, ਭੁੱਲੇ ਹੀ ਭੁਲੇਖੇ ਪੈਣ ਖੁਸ਼ੀਆਂ ਦੇ ਪੈਰ ਵਿਹੜੇ, ਆਉਣ ਵਾਲੇ ਖੁੱਲੇ ਸਾਰੇ ਰਾਹ ਰੱਖੀ ਬੈਠੇ ਹਾਂ, ਸ਼ਾਇਦ ਕਿਤੇ ਫਿਰ ਜਾਣ ਵਿਦੇਸ਼ੇ ਦੇ ਵੀ ਦਿਨ, ਇਸੇ ਆਸ ਉੱਤੇ ਜਿਉਂਦੇ ਸਾਹ ਰੱਖੀ ਬੈਠੇ ਹਾਂ, ਇਸੇ ਆਸ ਉੱਤੇ ਜਿਉਂਦੇ ਸਾਹ ਰੱਖੀ ਬੈਠੇ ਹਾਂ। ਇੰਨਾ ਸੋਹਣਾ ਦਰਦ ਤੁਸੀਂ ਇਹਨਾਂ ਨੂੰ ਪਰੋਇਆ ਇਹਦੇ ਵਿੱਚ, ਤੇ ਆਪਾਂ ਅੱਗੇ ਚੱਲਦੇ ਹਾਂ ਆਪਣੇ ਨਾਲ ਹੀ। ਹਾਂਜੀ, ਮੈਂ ਆਪਣੀ ਅਗਲੀ ਰਚਨਾ ਜਿਹੜੀ ਉਹਦਾ ਟਾਈਟਲ ਹੈ ਸੱਚਾ ਯਾਰ ਸੱਚਾ ਪਿਆਰ। ਆਉਂਦੇ ਸੰਦੇ ਸਾਹਿਬ, ਇੱਥੇ ਇੱਜ਼ਤ ਕਮਾਉਣੀ ਬੜੀ ਔਖੀ ਮਿੱਤਰੋ, ਵਿੱਚ ਮਿੱਟੀ ਦੇ ਮਿਲਾਉਣੀ ਬੜੀ ਸੌਖੀ ਮਿੱਤਰੋ। ਕਿਆ ਬਾਤ ਹੈ, ਇੱਥੇ ਇੱਜ਼ਤ ਕਮਾਉਣੀ ਬੜੀ ਔਖੀ ਮਿੱਤਰੋ, ਵਿੱਚ ਮਿੱਟੀ ਦੇ ਮਿਲਾਉਣੀ ਬੜੀ ਸੌਖੀ ਮਿੱਤਰੋ, ਸਦਾ ਮਾਂ ਬਾਪ ਸਿਹਰੇ ਉੱਤੇ ਸਾਇਆ ਹੁੰਦੇ ਨੇ, ਸੱਚਾ ਯਾਰ ਸੱਚਾ ਪਿਆਰ ਜ਼ਿੰਦਗੀ ਨੂੰ ਪੰਨੇ ਲਾਉਂਦੇ ਨੇ, ਸੱਚਾ ਯਾਰ ਸੱਚਾ ਪਿਆਰ ਸਦਾ ਦੁੱਖ ਨੂੰ ਬਣਾਉਂਦੇ। ਉਹ ਬੰਦਾ ਤੁਰਦਾ ਹੀ ਲੰਮੇ ਪੈਂਡੇ ਪਾਰ ਕਰਦਾ, ਹਾਰ ਹਿੰਮਤਾਂ ਨਾ ਯਾਰਾ ਕਦੇ ਇੱਥੇ ਸਰਦਾ, ਉਹ ਬੰਦਾ ਤੁਰਦਾ ਹੀ ਲੰਮੇ ਪੈਂਡੇ ਪਾਰ ਕਰਦਾ, ਹਾਰ ਹਿੰਮਤਾਂ ਨਾ ਯਾਰਾ ਕਦੇ ਇੱਥੇ ਸਰਦਾ, ਜਜ਼ਬਾ ਜਨੂਨ ਸਦਾ ਸਿਖਰੀ ਚੜਾਉਂਦੇ ਨੇ, ਸੱਚਾ ਯਾਰ ਸੱਚਾ ਪਿਆਰ ਜ਼ਿੰਦਗੀ ਨੂੰ ਬੰਨੇ ਲਾਉਂਦੇ ਨੇ, ਸੱਚਾ ਯਾਰ ਸੱਚਾ ਪਿਆਰ ਦੁੱਖ ਨੂੰ ਬਣਾਉਂਦੇ ਨੇ। ਖਾ ਠੋਕਰਾਂ ਉਹ ਜਿਹੜੇ ਲੱਭ ਰਾਹ ਲੈਂਦੇ ਨੇ, ਉਹ ਵੱਖਰੇ ਮਕਾਮ ਉੱਤੇ ਜਾ ਬਹਿੰਦੇ ਨੇ, ਖਾ ਠੋਕਰਾਂ ਉਹ ਜਿਹੜੇ ਲੱਭ ਰਾਹ ਲੈਂਦੇ ਨੇ, ਉਹ ਵੱਖਰੇ ਮਕਾਮ ਉੱਤੇ ਜਾ ਬਹਿੰਦੇ ਨੇ, ਦੁੱਧ ਕਾਢ ਕੇ ਹੀ ਖੋਏ ਵਿੱਚੋਂ ਬਾਹਰ ਆਉਂਦੇ ਨੇ, ਦੁੱਧ ਕਾਢ ਕੇ ਹੀ ਖੋਏ ਵਿੱਚੋਂ ਬਾਹਰ ਆਉਂਦੇ ਨੇ, ਸੱਚਾ ਯਾਰ ਸੱਚਾ ਪਿਆਰ ਜ਼ਿੰਦਗੀ ਨੂੰ ਬੰਨੇ ਲਾਉਂਦੇ ਨੇ, ਸੱਚਾ ਯਾਰ ਸੱਚਾ ਪਿਆਰ ਦੁੱਖ ਨੂੰ ਵੰਡਾਉਂਦੇ ਨੇ। ਤਾਜਾਂ ਤਖਤਾਂ ਤੇ ਬੈਠ ਜਿਨ੍ਹਾਂ ਮੌਜਾਂ ਮਾਣੀਆਂ, ਆਮ ਬੰਦੇ ਦੀ ਨਾ ਉਹਨਾਂ ਕਦੇ ਸਾਰ ਜਾਣੀਆਂ, ਤਾਜਾਂ ਤਖਤਾਂ ਤੇ ਬੈਠ ਜਿਨ੍ਹਾਂ ਮੌਜਾਂ ਮਾਣੀਆਂ, ਆਮ ਬੰਦੇ ਦੀ ਨਾ ਉਹਨਾਂ ਕਦੇ ਸਾਰ ਜਾਣੀਆਂ, ਜੋਧੇ ਜ਼ੁਲਮਾਂ ਨਾ ਸਦਾ ਯਾਰ ਮੱਥੇ ਲਾਉਂਦੇ ਨੇ, ਸੱਚਾ ਯਾਰ ਸੱਚਾ ਪਿਆਰ ਦੁੱਖ ਨੂੰ ਵੰਡਾਉਂਦੇ ਨੇ, ਸੱਚਾ ਯਾਰ ਸੱਚਾ ਪਿਆਰ ਜ਼ਿੰਦਗੀ ਨੂੰ ਬੰਨੇ ਲਾਉਂਦੇ ਨੇ। ਜੇ ਕੈਵੀ ਚਾਹੁੰਦਾ ਹੈ ਤੂੰ ਜੱਗ ਤੇ ਜਿਉਣਾ ਮਿੱਤਰ,
ਨਾਲ ਗੈਰਤਾਂ ਦੇ ਸਿੱਖ ਉੱਚਾ ਹੋਣਾ ਮਿੱਤਰ ਜੇ ਕੈਵੀ ਚਾਹੁੰਦਾ ਹੈ ਤੂੰ ਜੱਗ ਤੇ ਜਿਉਣਾ ਮਿੱਤਰ ਆ ਨਾਲ ਗੈਰਤਾਂ ਦੇ ਸਿੱਖ ਉੱਚਾ ਹੋਣਾ ਮਿੱਤਰ ਆ ਨਾ ਜ਼ਮੀਰ ਬਿਨਾਂ ਬੰਦੇ ਕਿਸੇ ਗਿਣਤੀ 'ਚ ਆਉਂਦੇ ਨੇ ਸੱਚਾ ਯਾਰ ਸੱਚਾ ਪਿਆਰ ਦੁੱਖ ਨੂੰ ਵਡਾਉਂਦੇ ਨੇ ਸੱਚਾ ਯਾਰ ਸੱਚਾ ਪਿਆਰ ਜ਼ਿੰਦਗੀ ਨੂੰ ਬੰਨੇ ਲਾਉਂਦੇ ਨੇ ਬਹੁਤ ਅੱਛੇ ਤਰੀਕੇ ਨਾਲ ਪੇਸ਼ ਕੀਤਾ ਹਾਂਜੀ ਤੂੰ ਸਰ ਤੁਸੀਂ ਵੀ ਕੁਛ ਆਪਣੇ ਪੰਨੇ ਖੜਕਾ ਰਹੇ ਸੀਗੇ ਪੰਨੇ ਜੀ ਦਿਲ ਦਾ ਦਰਦ ਚੱਲ ਰਿਹਾ ਸੀ ਸੋ ਮੇਰੇ ਦਰਦਾਂ ਦੇ ਜਿਹੜੇ ਲਫ਼ਜ਼ ਸੀ ਉਹ ਵੀ ਹਿੱਲ ਰਹੇ ਸੀ ਮੈਂ ਕਿਹਾ ਚਲੋ ਉਹ ਵੀ ਤੁਹਾਨੂੰ ਸਾਂਝੇ ਕਰੀਏ ਖਿਦਮਤ ਕਰੋ ਫਿਰ ਕੁਛ ਆਪਣੇ ਵੀ ਦਰਦ ਹਾਂਜੀ ਹਾਂਜੀ ਕਹਿੰਦੇ ਤੇਰੇ ਕੀਤੇ ਸਾਰੇ ਵਾਅਦੇ ਇਕਰਾਰ ਅੱਜ ਝੂਠੇ ਪੈ ਗਏ ਤੇਰੀ ਝੋਲੀ ਭਰੀ ਨਾਲ ਖੁਸ਼ੀਆਂ ਗਮ ਸਾਰੇ ਸਾਡੇ ਹਿੱਸੇ ਰਹਿ ਗਏ ਲੱਖਾਂ ਲੋਕ ਸੀ ਸਾਨੂੰ ਚਾਹਣ ਵਾਲੇ ਪਰ ਅਸੀਂ ਰੂਹ ਦਾ ਹਾਣੀ ਤੈਨੂੰ ਬਣਾਇਆ ਆ ਮੀਤ ਨਹੀਂ ਕੀਤੀ ਪਰਵਾਹ ਇਸ ਜੱਗ ਦੀ ਪਰ ਤੂੰ ਮੇਰੇ ਹੰਝੂਆਂ ਦਾ ਪਾਣੀ ਆਪਣੀ ਮਹਿੰਦੀ 'ਚ ਪਾਇਆ ਆ ਹੌਲੀ ਹੌਲੀ ਰੂਹ ਨੂੰ ਖਾ ਜਾਏਗੀ ਬੇਵਫਾਈ ਦੀ ਸਿਉਂਕ ਆਖਿਰ ਮੇਰੇ ਸਾਹ ਵੀ ਸਾਥ ਛੱਡ ਦੇਣਗੇ ਤੂੰ ਦੇਖੀ ਤੇਰੇ ਵਿਆਹ ਦੀ ਸ਼ਹਿਨਾਈ ਨਾਲੋਂ ਜ਼ਿਆਦਾ ਉੱਚੇ ਮੇਰੇ ਜਨਾਜ਼ੇ ਤੇ ਬਹਿਣ ਵਾਹ 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 ਤੂੰ ਸਭ ਕੀ ਬਾਤ ਹੈ ਕੁਛ ਜ਼ਿਆਦਾ ਦੂਰ ਦੀ ਗੱਲ ਨਹੀਂ ਲੈ ਗਏ ਤੁਸੀਂ ਇਸ ਵਿੱਚ ਵੀ ਉਹ ਉਸ ਟਾਈਮ ਬੰਦਾ ਇੰਨਾ ਭਾਵੁਕ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਤੱਕ ਲਿਖਣਾ ਉਹਦੇ ਲਈ ਉਦੋਂ ਇਹ ਚੀਜ਼ ਲੱਗਦੀ ਹੈ ਵੀ ਬਸ ਇਸ ਤੋਂ ਬਾਅਦ ਦੁਨੀਆ ਮੇਰੀ ਖਤਮ ਹੈ ਹਾਂਜੀ ਆਪਾਂ ਹੁਣ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧਦੇ ਹਾਂ ਹਾਂਜੀ ਤੂਰ ਸਾਹਿਬ ਕੁਛ ਮੈਂ ਦੇਖ ਰਿਹਾ ਸੀਗਾ ਕਿ ਤੁਸੀਂ ਵੀ ਕੁਛ ਲੰਬੀ ਚੌੜੀ ਜੀ ਕਵਿਤਾ ਕੁਛ ਰੱਖੀ ਬੈਠੇ ਹੋ ਲੰਬੀ ਚੌੜੀ ਏਦਾਂ ਜੀ ਪਰਮ ਜੀ ਮਾਹੌਲ ਬੜਾ ਗਮਹੀਨ ਹੋ ਗਿਆ ਸੀ ਤੇ ਸਮਾਪਤੀ ਚ ਮੈਂ ਕਹਿੰਦਾ ਵੀ ਜਿੰਨੇ ਸਾਡੇ ਮਹਿਮਾਨ ਹੈ ਸਾਰਿਆਂ ਦੇ ਮੂੰਹ ਤੇ ਥੋੜਾ ਹਾਸਾ ਹੋਵੇ ਔਰ ਸਰੋਤਿਆਂ ਦੇ ਮੂੰਹ ਤੇ ਵੀ ਹਾਸਾ ਰਹੇ ਬਿਲਕੁਲ ਜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵੀ ਕਿਹਾ ਹੈਗਾ ਕਿ ਆਪਾਂ ਸਰੋਤਿਆਂ ਦੇ ਵੀ ਚਿਹਰਿਆਂ ਤੇ ਮੁਸਕਾਹਟ ਲਿਆਉਣੀ ਆ ਤੇ ਬਿਲਕੁਲ ਜੀ ਬਿਲਕੁਲ ਔਰ ਮੈਨੂੰ ਯਾਦ ਹੈ ਪਿਛਲੀ ਵਾਰ ਵੀ ਤੁਸੀਂ ਇੱਕ ਬੜੀ ਵਧੀਆ ਕਵਿਤਾ ਕਿਹੜੇ ਘਰਵਾਲੀ ਦੇ ਘਰਵਾਲੇ ਦੇ ਰਿਸ਼ਤੇ ਤੇ ਵਿਆਹ ਵਾਲੇ ਦੇ ਰਿਸ਼ਤੇ ਤੇ ਬੋਲ ਕੇ ਗਿਆ ਸੀ ਨਾ ਹਾਂਜੀ ਤੂੰ ਸਾਹਿਬ ਮੈਨੂੰ ਵੈਸੇ ਰੋਟੀ ਮਿਲ ਗਈ ਸੀਗੀ ਤੁਸੀਂ ਅੱਜ ਆਪਣਾ ਹਿਸਾਬ ਨਹੀਂ ਮੇਰੇ ਮਿਲ ਜਾਣੀ ਮੈਂ ਵੀ ਪਰਮਿਸ਼ਨ ਲੈ ਕੇ ਆਇਆ ਇਹ ਮੈਂ ਲਿਖੀ ਸੀ ਜਦੋਂ ਮੇਰੀ ਮੈਰਿਜ ਐਨਵਰਸਰੀ ਸੀ ਉਦੋਂ ਮੈਂ ਲਿਖੀ ਸੀਗੀ ਅੱਛਾ ਬੜੇ ਕਹਿੰਦੇ ਗਲਤ ਜਿਹਾ ਟਾਈਮ ਤੇ ਨਹੀਂ ਲਿਖ ਲਏ ਮੈਰਿਜ ਐਨਵਰਸਰੀ ਜਦੋਂ ਆਉਂਦੀ ਹੈ ਚੇਤੇ ਉਹ ਵੇਲਾ ਕਰਾਉਂਦੀ ਹੈ ਬੰਨਿਆ ਸੀ ਸਿਹਰਾ ਅੱਖਾਂ ਅੱਗੇ ਸੀ ਹਨੇਰਾ ਸਮਝਣਾ ਉਦੋਂ ਆਉਂਦੀ ਹੈ ਇੱਕ ਸੱਜਣ ਲੱਭਾ ਜੀ ਦਾ ਸ਼ਬਦ ਭਾਈ ਜੀ ਨੇ ਰੀਝਾਂ ਨਾਲ ਸੀ ਗਾਇਆ ਕੁੜੀ ਵਾਲਿਆਂ ਨੇ ਵੀ ਫਿਰ 500 ਦਾ ਨੋਟ ਦੇ ਕੇ ਚੰਗਾ ਮੁੱਲ ਸੀ ਪਾਇਆ ਚੰਗੇ ਕਰਮਾਂ ਨੂੰ ਕੁੜੀ ਹੁਣ ਅਸੀਂ ਵਿਆਹ ਦਿੱਤੀ ਏ ਆਫ਼ਤ ਦੀ ਫੱਟੀ ਗਲ ਚੋ ਲਾ ਕੇ ਮੁੰਡੇ ਦੇ ਗਲ ਪਾ ਦਿੱਤੀ ਵਿਆਹ ਮਗਰੋਂ ਦੋਵੇਂ ਮੀਆਂ ਬੀਬੀ ਬੜੇ ਚੰਗੇ ਰਹਿੰਦੇ ਇੱਕ ਦੂਜੇ ਨੂੰ ਬੜਾ ਪੁੱਛਦੇ ਇੱਕ ਦੂਜੇ ਦੇ ਰੰਗ ਵਿੱਚ ਰੰਗੇ ਰਹਿੰਦੇ ਇਹ ਪਹਿਲੇ ਕੁਛ ਹਫ਼ਤੇ ਹੋਣੇ ਹਾਂ ਪਹਿਲੇ ਹਫ਼ਤੇ ਪਹਿਲੇ ਬਿਲਕੁਲ ਬਿਲਕੁਲ ਕੁਝ ਸਾਲਾਂ ਬਾਅਦ ਮੀਆਂ ਬੀਬੀ ਵੱਖਰੇ ਰੰਗ ਦੇਖਣ ਨੂੰ ਮਿਲਦੇ ਕੁਝ ਸਾਲਾਂ ਬਾਅਦ ਮੀਆਂ ਬੀਬੀ ਦੇ ਵੱਖਰੇ ਰੰਗ ਦੇਖਣ ਨੂੰ ਮਿਲਦੇ ਲੈ ਕੇ ਛੋਟੀਆਂ ਛੋਟੀਆਂ ਲੜਾਈਆਂ ਨੂੰ ਫਿਰ ਹੱਥ ਸੇਕਣ ਨੂੰ ਮਿਲਦੇ ਤੁਸੀਂ ਤਾਂ ਕੰਮ ਤੇ ਘੁੰਮਦੇ ਰਹਿੰਦੇ ਜਨਾਨੀ ਅਕਸਰ ਕਹਿੰਦੀ ਜੀ ਅਕਸਰ ਸਾਰਿਆਂ ਦੀ ਤੁਸੀਂ ਤਾਂ ਕੰਮ ਤੇ ਘੁੰਮਦੇ ਰਹਿੰਦੇ ਮੈਂ ਘਰ ਵਿੱਚ ਕੱਲੀ ਰਹਿੰਦੀ ਹਾਂ ਬੜੀਆਂ ਮਰਚਾਂ ਲੱਗਦੀਆਂ ਤੁਹਾਨੂੰ ਜੇ ਮੈਂ ਕੁਝ ਵੀ ਕਹਿੰਦੀ ਹਾਂ ਥੱਕ ਹਾਰ ਕੇ ਬੰਦਾ ਜਦੋਂ ਕੰਮ ਤੋਂ ਘਰ ਨੂੰ ਆਉਂਦਾ ਏ ਥੱਕ ਹਾਰ ਕੇ ਬੰਦਾ ਜਦੋਂ ਕੰਮ ਤੋਂ ਘਰ ਨੂੰ ਆਉਂਦਾ ਹੈ ਰਾਹ ਵਿੱਚ ਆਉਂਦੇ ਸੋਚ ਸਮਝ ਕੇ ਫਿਰ ਇੱਕ ਐਸੀ ਜੁਗਤ ਬਣਾਉਂਦਾ ਏ ਘਰਵਾਲੀ ਦਾ ਵੀ ਹੁਣ ਭੇਦ ਪੈ ਗਿਆ ਆਉਂਦੇ ਹੀ ਆਨਲਾਈਨ ਤੋਂ ਸ਼ੋਪਿੰਗ ਕਰਾਉਂਦਾ ਏ ਸ਼ੋਪਿੰਗ ਦੇ ਨਾਂ ਤੋਂ ਘਰਵਾਲੀ ਫਿਰ ਖਿੜ ਹੈ ਜਾਂਦੀ ਸ਼ੁਕਰ ਕਰੀਦਾ ਰੱਬਾ ਫਿਰ ਪੱਕੀ ਰੋਟੀ ਮਿਲ ਹੈ ਜਾਂਦੀ ਰੌਲਾ ਉਦੋਂ ਹੋਰ ਵੀ ਵੱਧ ਜਾਂਦਾ ਜਦੋਂ ਪਾਰਟੀ ਕੋਈ ਆ ਜਾਂਦੀ ਏ ਤੁਸੀਂ ਤਾਂ ਕੁਝ ਵੀ ਪਾਲੋਗੇ ਮੇਰੇ ਕੋਲ ਤਾਂ ਡਰੈਸ ਹੈ ਨੀ ਬਸ ਇੱਥੇ ਗੁੰਡੀ ਫਸਾ ਜਾਂਦੀ ਸਾਰੀ ਅਲਮਾਰੀ ਭਰੀ ਹੁੰਦੀ ਫੇਰ ਕਹਿੰਦੇ ਨੇ ਮੈਂ ਕੀ ਪਾਵਾਂ ਤੁਸੀਂ ਤਾਂ ਕੁਝ ਵੀ ਪਾਲੋਗੇ ਜੀ ਮੇਰੇ ਕੋਲ ਡਰੈਸ ਹੈ ਨੀ ਬਸ ਇੱਥੇ ਗੁੰਡੀ ਫਸਾ ਜਾਂਦੀ ਏ ਤੁਹਾਡਾ ਤਾਂ ਸਰ ਜਾਊਗਾ ਮੇਰਾ ਜਮਾ ਨਹੀਂ ਤੁਸੀਂ ਪਰਵਾਹ ਕਰਦੇ ਤੁਹਾਡਾ ਤਾਂ ਸਰ ਜੂਗਾ ਮੇਰੀ ਜਮਾਂ ਨੀ ਤੁਸੀਂ ਪਰਵਾਹ ਕਰਦੇ ਉਂਜ ਤਾਂ ਸਾਰਾ ਦਿਨ ਜਾਨੂ ਜਾਨੂ ਕਹਿੰਦੇ ਤੁਸੀਂ ਤਾਂ ਮੈਨੂੰ ਪਿਆਰ ਹੀ ਨੀ ਕਰਦੇ ਇੱਥੇ ਆ ਕੇ ਪਿਆਰ ਹੀ ਮੁੱਕ ਗਿਆ ਜੀ ਵਾਹ ਜੀ ਵਾਹ ਕੀ ਬਾਤ ਵੀਕਐਂਡ ਸਾਰਾ ਮੈਂ ਸ਼ੋਪਿੰਗ ਸੈਂਟਰ ਵਿੱਚ ਤੇਰੇ ਨਾਲ ਲਾਉਂਦਾ ਵੀਕਐਂਡ ਸਾਰਾ ਸ਼ੋਪਿੰਗ ਸੈਂਟਰ ਵਿੱਚ ਤੇਰੇ ਨਾਲ ਲਾਉਂਦਾ ਹਾਂ ਕੱਲੀ ਕੱਲੀ ਸ਼ੋਪ ਤੇ ਤੈਨੂੰ ਪੂਰਾ ਮੈਂ ਘੁਮਾਉਂਦਾ ਹਾਂ ਮੇਰਾ ਕੀ ਕਸੂਰ ਹੈ ਜੇ ਕੋਈ ਚੀਜ਼ ਤੈਨੂੰ ਪਸੰਦ ਨਾ ਆਵੇ ਉਹ ਤੁਸੀਂ ਦੱਸੋ ਯਾਰੋ ਬੰਦਾ ਕੀ ਰੱਬ ਨੂੰ ਥੱਲੇ ਲੈ ਆਵੇ ਹਾਂਜੀ ਅੱਗੇ ਜੀ ਗੌਰ ਕਰੋ ਸਾਰੇ ਜਣੇ ਇਹ ਗੱਲ ਕਰਨੀ ਬੜੀ ਔਖੀ ਏ ਸੌਖੀ ਏ ਗੌਰ ਕਰੋ ਸਾਰੇ ਜਣੇ ਇਹ ਗੱਲ ਕਰਨੀ ਬੜੀ ਸੌਖੀ ਏ ਮੱਝ ਛੱਪੜ ਚੋਂ ਤੇ ਜਨਾਨੀ ਸ਼ੋਪਿੰਗ ਸੈਂਟਰ ਚੋਂ ਕੱਢਣੀ ਬੜੀ ਔਖੀ ਏ ਵਿਆਹ ਤੋਂ ਪਹਿਲਾਂ ਕਹਿੰਦੇ ਸੀ
ਮੈਂ ਪੀਣੀ ਛੱਡ ਦੇਣੀ ਹੈ, ਘਰਵਾਲੀ ਕਹਿੰਦੀ ਹੈ ਜੀ, ਵਿਆਹ ਤੋਂ ਪਹਿਲਾਂ ਕਹਿੰਦੇ ਸੀ ਮੈਂ ਪੀਣੀ ਛੱਡ ਦੇਣੀ ਹੈ, ਹੋਵੇ ਨਾ ਲੜਾਈ ਆਪਣੇ ਵਿੱਚ ਇਹ ਲੜਾਈ ਦੀ ਜੜ ਵੱਢ ਦੇਣੀ ਹੈ, ਪਤਾ ਨਹੀਂ ਤੁਹਾਡੇ ਲੋਕਾਂ ਦਾ ਬਿਨ ਪੀਤੇ ਕਿਉਂ ਨਹੀਂ ਸਰਦਾ, ਪਤਾ ਨਹੀਂ ਤੁਹਾਡੇ ਲੋਕਾਂ ਦਾ ਬਿਨ ਪੀਤੇ ਕਿਉਂ ਨਹੀਂ ਸਰਦਾ, ਦੇਖ ਕੇ ਦਾਰੂ ਦੇ ਦੋ ਲੰਡੇ ਜੇ ਪੈਗ ਮੂੰਹ ਵਿੱਚ ਪਾਣੀ ਇੰਜ ਭਰਦਾ ਜਿਵੇਂ ਬਰਸਾਤੀ ਨਾਲਾ ਭਰਦਾ। ਕੀ ਹੋਇਆ ਜੇ ਦੋ ਪੈਗ ਲਾ ਲੇ, ਬੰਦਾ ਕਹਿੰਦਾ ਜੀ ਅੱਗੇ ਕੀ ਹੋਇਆ ਜੇ ਮੈਂ ਦੋ ਪੈਗ ਲਾ ਲੇ, ਸਾਰਾ ਦਿਨ ਕੰਮ ਤੇ ਮਰਦਾ ਹਾਂ, ਹੱਡ ਤੋੜ ਦੀ ਮਿਹਨਤ ਵੀ ਮੈਂ ਤੇਰੇ ਲਈ ਤਾਂ ਕਰਦਾ ਹਾਂ, ਛੱਡੋ ਜੀ ਐਵੇਂ ਬਹਾਨੇ ਨਾ ਕੋਈ ਬਣਾਇਆ ਕਰੋ, ਦਾਰੂ ਦੀ ਜਗ੍ਹਾ ਤੇ ਕਦੀ ਮਿਲਕ ਸ਼ੇਕ ਵੀ ਬਣਾਇਆ ਕਰੋ। ਅੱਗੇ ਆ ਜੀ ਆਖਰੀ ਸਤਰਾਂ ਚ, ਬਾਕੀ ਗੱਲਾਂ ਝੂਠੀਆਂ ਨੇ ਪਰ ਇੱਕ ਗੱਲ ਸੱਚੀ ਕਰਦਾ, ਜਿੰਨਾ ਮਰਜ਼ੀ ਕੁਝ ਕਰ ਲਈਏ ਪਰ ਘਰ ਵੀ ਬਿਨਾ ਨਹੀਂ ਸਰਦਾ। ਹਾਂਜੀ, ਸਾਹਮਣੇ ਪਈ ਚੀਜ਼ ਵੀ ਦਿਸਦੀ ਨਹੀਂ, ਐਵੇਂ ਰੌਲਾ ਪਾਉਂਦੇ ਹਾਂ, ਕੁਝ ਕਸੂਰ ਸਾਡਾ ਵੀ ਹੁੰਦਾ ਹੈ, ਐਵੇਂ ਹੀ ਘਰਵਾਲੀ ਨੂੰ ਝੂਠਾ ਬਣਾਉਂਦੇ ਹਾਂ। ਮੀਤ ਦਿਲ ਦਾ ਇਹ ਅਰਮਾਨ ਹੈ ਹਰ ਘਰ ਵਿੱਚ ਸੁੱਖ ਸ਼ਾਂਤੀ ਤੇ ਬਹਾਰ ਹੋਵੇ, ਇੱਕ ਦੂਜੇ ਦਾ ਖਿਆਲ ਰੱਖੀਏ, ਇੱਜ਼ਤ ਕਰੀਏ ਤੇ ਬਸ ਪਿਆਰ ਪਿਆਰ ਤੇ ਪਿਆਰ ਹੋਵੇ। ਵਾਹ ਜੀ ਵਾਹ, ਕੀ ਬਾਤ ਹੈ। ਇਹ ਗੱਲ ਕਹਿ ਕੇ ਮੈਂ ਉਦੋਂ ਆਪਣੀ ਜਾਨ ਬਖਸ਼ਾ ਲਈ ਸੀ। ਬਾਕੀ ਤੂੰ ਸਭ ਰੱਬ ਅੱਗੇ ਇਹੀ ਅਰਦਾਸ ਹੈ ਕਿ ਸਾਰੇ ਫੈਮਿਲੀ ਵਿੱਚ ਸਾਰੇ ਬਿਲਕੁਲ ਸਾਰਿਆਂ ਵਿੱਚ ਅਸਲ ਸੁਖ ਰੱਬ ਇਦਾਂ ਹੀ ਬਣਾਈ ਰੱਖੇ। ਤੇ ਹੁਣ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਜਾਂਦੇ ਹਾਂ ਜੀ ਬਿਲਕੁਲ, ਔਰ ਸਰੋਤਿਆਂ ਅੱਗੇ ਗੁਜ਼ਾਰਿਸ਼ ਫਿਰ ਕਰਾਂਗੇ ਅਸੀਂ ਤੁਹਾਡੇ ਅੱਗੇ, ਤੁਹਾਡਾ ਵੀ ਅਗਰ ਦਿਲ ਕਰਦਾ ਇਸ ਮਹਿਫਿਲ ਦਾ ਹਿੱਸਾ ਬਣਨ ਨੂੰ ਤਾਂ ਸਾਨੂੰ ਜ਼ਰੂਰ ਮੈਸੇਜ ਕਰਿਓ ਰੇਡੀਓ ਹਾਂਜੀ ਦੇ ਫੇਸਬੁੱਕ ਪੇਜ 'ਤੇ, ਅਸੀਂ ਤੁਹਾਨੂੰ ਖੁਦ ਕੰਟੈਕਟ ਕਰਾਂਗੇ ਔਰ ਸਾਡੇ ਵਿਹੜੇ ਦੀ ਤੁਸੀਂ ਵੀ ਸ਼ਾਨ ਬਣ ਸਕਦੇ ਹੋ। ਨਾਲ ਦੀ ਨਾਲ ਆਪਾਂ ਧੰਨਵਾਦ ਵੀ ਕਰਦੇ ਹਾਂ ਆਪਣੇ ਸਾਡੇ ਆਏ ਮਹਿਮਾਨਾਂ ਦਾ, ਕੇਵੀ ਸੰਧੂ, ਸੋਨੀ ਚਾਲ ਤੇ ਬੀਪੀ ਰੰਗੀ ਹੋਣਾਂ ਦਾ ਸਭ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੀਆਂ ਕੁਝ ਸਤਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਲਈਏ ਜਾਦ ਜੀ। ਹਾਂਜੀ ਬਿਲਕੁਲ, ਸਰੋਤਿਓ ਜੁੜੇ ਰਹੋ, ਸੁਣਦੇ ਰਹੋ ਤੁਸੀਂ ਵੀ ਰੇਡੀਓ ਹਾਂਜੀ 1674 AM। ਧੰਨਵਾਦ।